ਪਰਮੇਸ਼ ਵਰਮਾ ਜੀ ਅੱਜ ਖਾਸ ਤੌਰ 'ਤੇ ਆਪਣੇ ਨਾਲ ਹੈ, ਸੋ ਉਹਨਾਂ ਦੇ ਨਾਲ ਇਸ ਫਿਲਮ ਦੇ ਬਾਰੇ ਗੱਲਾਂ ਬਾਤਾਂ, ਇੰਨਾ ਜ਼ਿਆਦਾ ਪਿਆਰ ਰਿਸਪੈਕਟ, ਕਈ ਵਾਰ ਬੰਦੇ 'ਚ ਐਟੀਟਿਊਡ ਆ ਜਾਂਦਾ, ਕਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਤੁਸੀਂ ਮੇਨਟੇਨ ਰੱਖੀਆਂ ਹੋਈਆਂ? ਮੈਂ ਹਮੇਸ਼ਾ ਤਾਂ ਮੇਰੀ ਲਾਈਫ ਹੈ ਪਰਫੈਕਟ ਨਹੀਂ ਰਹਿੰਦੀ, ਜੀ ਕਈ ਇਹੋ ਜਿਹੇ ਟਾਈਮ ਹੁੰਦੇ ਨੇ ਜਦੋਂ ਫੋਟੋ ਵੀ ਨਹੀਂ ਕਰਾ ਸਕਦੇ ਹੁੰਦੇ, ਬਿਲਕੁਲ, ਕਈ ਵਾਰੀ ਤੁਸੀਂ ਮੈਂਟਲੀ ਕਿਸੇ ਪੋਜੀਸ਼ਨ 'ਚ ਹੈ ਹੀ ਨਹੀਂ, ਹਾਂਜੀ, ਮੈਂ ਤੁਹਾਨੂੰ ਚਲੋ ਸ਼ੇਅਰ ਨਹੀਂ ਕਰ ਸਕਦਾ, ਪਰ ਇਹੋ ਜਿਹੇ ਟਾਈਮਸ ਵੀ ਹੋਏ ਨੇ ਮੇਰੇ ਨਾਲ ਕਿ ਯਾਰੀ ਦੋਸਤੀ ਵਾਲੀਆਂ ਚੀਜ਼ਾਂ ਤਾਂ ਆਪਾਂ ਟੀਜ਼ਰ ਦੇ ਵਿੱਚ ਦੇਖੀਆਂ, ਸੋ ਹੋਰ ਕਿਹੜੀਆਂ ਚੀਜ਼ਾਂ ਖਾਸ ਦੇਖਣ ਨੂੰ ਮਿਲਣਗੀਆਂ? ਮੈਂ ਨਾ ਹਰ ਇੱਕ ਇੰਟਰਵਿਊ 'ਚ ਗੱਲ ਜ਼ਰੂਰ ਬੋਲ ਰਿਹਾ ਕਿ ਇਹ ਫਿਲਮ ਨਾ ਦੇਖਣ ਵਾਲੀ ਘੱਟ ਅਤੇ ਮਹਿਸੂਸ ਕਰਨ ਵਾਲੀ ਫਿਲਮ ਜ਼ਿਆਦਾ ਹੈ। ਫਿਲਮਾਂ ਨੂੰ ਲੈ ਕੇ ਮੇਰੀ ਓਨੈਸਟੀ ਹੈਗੀ ਹੈ ਜੀ, ਮੈਂ ਇੱਕ ਐਕਟਰ ਸੀਗਾ ਇੰਡਸਟਰੀ 'ਚ ਆਉਣ ਤੋਂ ਪਹਿਲਾਂ, ਜੀ ਮੈਂ ਡਾਇਰੈਕਸ਼ਨ ਇਸ ਕਰਕੇ ਚੂਜ਼ ਕੀਤੀ ਸੀ ਕਿ ਐਜ਼ ਐਨ ਐਕਟਰ ਮੈਂ ਸਾਹਮਣੇ ਆ ਸਕਾਂ। ਮੁੰਡਿਆਂ ਕੋਲ ਲੈ ਦੇ ਕੇ ਦੋਸਤੀ ਹੀ ਹੁੰਦੀ ਹੈ, ਬਿਲਕੁਲ, ਉਹੀ ਤੁਹਾਡਾ ਸਪੋਰਟ ਸਿਸਟਮ ਹੁੰਦਾ, ਉਹੀ ਤੁਹਾਡੀ ਥੈਰੇਪੀ ਹੈ, ਉਹੀ ਤੁਹਾਡੀ ਕਾਉਂਸਲਿੰਗ ਹੈ ਜੀ। ਤਬਾਹ ਵੀ ਉਹੀ ਹੁੰਦਾ ਜਿਹੜਾ ਪਹਿਲਾਂ ਆਬਾਦ ਹੋਵੇ, ਬਿਲਕੁਲ, ਟੁੱਟਦਾ ਵੀ ਉਹੀ ਹੈ ਜੋ ਪਹਿਲਾਂ ਸਾਬਤ ਹੋਵੇ। ਮੈਂ ਦੇਖੋ ਜ਼ਿੰਦਗੀ ਦੇ ਹਰ ਇੱਕ ਪੱਖ ਨੂੰ ਇੰਜੋਏ ਕਰਦਾ ਜੀ, ਜੀ ਮੈਂ ਵੇਟ ਗੇਨ ਨੂੰ ਵੀ ਬਹੁਤ ਇੰਜੋਏ ਕੀਤਾ ਅਤੇ ਉਹਨਾਂ ਨੇ ਬਸ ਮੇਰੇ ਵੱਲ ਦੇਖਿਆ ਅਤੇ ਸੀਨ ਹੋ ਗਿਆ। ਮਤਲਬ ਉਹ ਐਡੀ ਮਤਲਬ ਮੂਵਮੈਂਟਸ ਦੇ ਵਿੱਚ ਪਰਫੋਰਮੈਂਸ ਪਈ ਹੈ ਸਰ ਦੇ। ਮਾਈ ਲਾਈਫ ਇਜ਼ ਮਾਈ ਰਿਸਪੋਂਸੀਬਿਲਿਟੀ, ਆਈ ਐਮ ਹੈਲਡ ਅਕਾਊਂਟੇਬਲ ਫੋਰ ਦ ਡਿਸੀਜਨ ਦੈਟ ਆਮ ਟੇਕਿੰਗ। ਇਹ ਉਹਦੇ ਨਾਲ ਸਹੀ ਵੀ ਹੋਊਗਾ ਗਲਤ ਵੀ ਹੋਊਗਾ, ਮੇਰੀ ਜ਼ਿੰਦਗੀ ਦੀ ਜ਼ਿੰਮੇਵਾਰੀ ਆ, ਉਹ ਮੈਨੂੰ ਹੀ ਚੱਕਣੀ ਪੈਣੀ, ਸੋ ਮੈਂ ਬਹੁਤ ਕਿਸੇ ਨੂੰ ਮੈਂ ਬਲੇਮ ਨਹੀਂ ਕਰਦਾ ਕਿਸੇ ਚੀਜ਼ ਨੂੰ ਲੈ। ਦੋਸਤੀ, ਰਿਲੇਸ਼ਨਸ਼ਿਪਸ, ਬਿਲਕੁਲ, ਕੰਮ, ਮਾਂ ਪਿਓ ਜੀ, ਤੁਹਾਡਾ ਆਪਣੇ ਪਰਸਨਲ ਗੋਲ, ਇਹ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਕਰਨ ਦਾ ਨਾਮ ਜ਼ਿੰਦਗੀ ਹੈ। ਬਿਲਕੁਲ, ਤੁਹਾਡਾ ਕਰੀਅਰ ਤੁਹਾਡੀ ਜ਼ਿੰਮੇਵਾਰੀ ਹੈ ਜੀ, ਉਹ ਕਰੀਅਰ ਦੇ ਉਪਜਣ ਲਈ ਤੁਹਾਡਾ ਫੈਮਿਲੀ ਨੇ ਟਾਈਮ ਨੇ ਸੈਕਰੀਫਾਈਸ ਕਰਨਾ ਚਾਹੀਦਾ, ਨਹੀਂ ਸਕਰੀਨ ਟਾਈਮ ਤਾਂ ਮੈਨੂੰ ਮੈਟਰ ਨਹੀਂ ਕਰਦਾ ਜੀ। ਉਹ ਇਸ ਗੱਲ ਕਰਕੇ ਵੀ ਨਹੀਂ ਕਰਦਾ ਕਿ ਜਦੋਂ ਮੇਰਾ ਕਰੀਅਰ ਸੈੱਟ ਹੋਣਾ ਸ਼ੁਰੂ ਹੋਇਆ ਸੀ ਜੀ, ਮੈਂ ਤਾਂ ਗਾਣਿਆਂ 'ਚ 5-5 ਸੈਕਿੰਡ ਲਈ ਆਉਂਦਾ ਸੀ। ਦਿਲ ਦੀਆਂ ਗੱਲਾਂ ਦੇਖਿਓ ਜੀ, ਦਿਲ ਦੀਆਂ ਗੱਲਾਂ ਦੇ ਸੈਕਿੰਡ ਹਾਫ ਦੇ ਵਿੱਚ ਮੈਂ ਗਿਆ ਵੀ ਹੋਇਆ ਨਾ, ਮੈਂ ਤਾਂ ਫਿਰ ਕਲਾਈਮੈਕਸ ਤੇ ਦੇਖਦਾ ਤੁਹਾਨੂੰ, ਬਿਲਕੁਲ, ਜਦ ਕਿ ਉਹ ਫਿਲਮ ਲਿਖੀ ਹੀ ਮੈਂ ਸੀ, ਰਾਈਟ, ਜੇ ਮੈਂ ਲਿਖਦਾ ਫਿਰ ਮੈਂ ਤਾਂ ਆਪਣੇ ਆਪ ਨੂੰ ਘੈਂਟ 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 ਸੀਨ ਹੀ ਲਿਖੀ ਜਾਂਦਾ। ਤਾਂ ਤੁਹਾਨੂੰ ਦੱਸ ਸਕਦਾ ਕਿ ਜੰਮੂ ਦਾ ਸ਼ੋਅ ਸਾਡੀ ਲਾਈਫ ਦਾ ਬਹੁਤ ਵਧੀਆ ਸ਼ੋਅ ਰਿਹਾ ਸੀ ਜੀ। ਇਸ ਤੋਂ ਅੱਛਾ ਮਤਲਬ ਕੁਝ ਇਦਾਂ ਦਾ ਹੋਇਆ ਸੀ, ਕੰਟਰੋਵਰਸ਼ੀਅਲ ਹੋਇਆ ਸੀ? ਨਹੀਂ ਕੰਟਰੋਵਰਸ਼ੀਅਲ ਨਹੀਂ ਸੀ ਹੋਇਆ, ਬਟ ਜਸਟ ਦ ਵੇ ਦੈਟ ਸ਼ੋਅ ਹੈਪਨਡ, ਜਿੰਨੇ ਉੱਥੇ ਲੋਕ ਆ ਗਏ, ਜੋ ਉੱਥੇ ਪਿਆਰ ਜਿੰਨਾ ਮਿਲਿਆ, ਤਾਂ ਪੁਲਿਸ ਦੇ ਨਾਲ ਥੋੜਾ ਕਨਫਲਿਕਟ, ਇਹ ਓਕੇ, ਮੈਂ ਸਰਚ ਕਰਕੇ ਜ਼ਰੂਰ ਦੇਖੂੰਗੀ ਅੱਜ ਜਾ ਕੇ, ਨਹੀਂ ਤੁਹਾਨੂੰ ਪਤਾ ਨਹੀਂ ਲੱਗਣਾ ਹੈਗਾ, ਸਾਨੂੰ ਹੀ ਪਤਾ। ਵੈਲਕਮ ਐਂਡ ਸਤਿ ਸ਼੍ਰੀ ਅਕਾਲ ਚੈਨਲ ਪੰਜਾਬੀ ਮੀਨੀਆ, ਤੁਸੀਂ ਦੇਖ ਰਹੇ ਹੋ ਤੇ ਅੱਜ ਇੱਕ ਅਜਿਹੀ ਫਿਲਮ ਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਤੁਹਾਨੂੰ ਸਾਰਿਆਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ। 18 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਤਬਾਹ, ਸੋ ਇਸੇ ਫਿਲਮ ਦੇ ਬਾਰੇ ਖਾਸ ਗੱਲਬਾਤ ਕਰਨ ਦੇ ਲਈ ਪਰਮੇਸ਼ ਵਰਮਾ ਜੀ ਅੱਜ ਖਾਸ ਤੌਰ ਤੇ ਆਪਣੇ ਨਾਲ ਹੈ, ਸੋ ਉਹਨਾਂ ਦੇ ਨਾਲ ਇਸ ਫਿਲਮ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਵੀਰ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਠਾਕ ਹੋ ਤੁਸੀਂ? ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਕਿੱਦਾਂ ਚੱਲ ਰਹੀਆਂ ਨੇ ਪ੍ਰਮੋਸ਼ਨਸ? ਹਾਂਜੀ, ਸੋ ਵੀ ਪਹਿਲਾਂ ਤਾਂ ਮੈਂ ਇਹੀ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਮੈਂ ਨਾ ਵਲੌਗਸ ਦੇਖਦੀ ਹਾਂ ਜਿਵੇਂ ਤੁਹਾਡੇ, ਹੈ ਨਾ, ਕੱਲ੍ਹ ਦਾ ਵੀ ਮੈਂ ਦੇਖਿਆ ਕਿ ਤੁਸੀਂ ਨਾ ਆਪਣੇ ਫੈਨਸ ਨੂੰ ਬਹੁਤ ਜ਼ਿਆਦਾ ਇੱਜ਼ਤ ਦਿੰਦੇ ਹੋ, ਕਿਉਂਕਿ ਆਪਾਂ ਦੇਖਿਆ ਕਿ ਉਹਨਾਂ ਦੇ ਨਾਲ ਤੁਸੀਂ ਖੁਦ ਰੁਕ ਕੇ ਫੋਟੋਜ਼ ਵੀ ਕਰਾਉਂਦੇ ਆ, ਕਦੇ ਕਿਸੇ ਨੂੰ ਇਗਨੋਰ ਨਹੀਂ ਕਰਦੇ। ਅੱਜ ਵੀ ਹੁਣ ਜਦੋਂ ਇੰਟਰਵਿਊ ਸਟਾਰਟ ਹੋਣ ਵਾਲੀਆਂ ਸੀ, ਤੁਸੀਂ ਬਿਨਾਂ ਚਾਹ ਕੌਫੀ ਪੀਤੇ ਪਹਿਲਾਂ ਇੱਧਰ ਹੀ ਪਹੁੰਚੇ ਕਿ ਆਪਾਂ ਇੰਟਰਵਿਊ ਸਟਾਰਟ ਕਰਦੇ ਹਾਂ, ਕਿਉਂਕਿ ਸਾਰੇ ਵੇਟ ਕਰ ਰਹੇ ਹੈ ਨਾ। ਸੋ ਇੰਨਾ ਨਾਮ ਫੇਮ ਹੋਣ ਤੋਂ ਬਾਅਦ ਉਸ ਚੀਜ਼ ਨੂੰ ਮੇਨਟੇਨ ਰੱਖਣਾ, ਇੰਨਾ ਜ਼ਿਆਦਾ ਪਿਆਰ ਰਿਸਪੈਕਟ, ਕਈ ਵਾਰ ਬੰਦੇ 'ਚ ਐਟੀਟਿਊਡ ਆ ਜਾਂਦਾ, ਕਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਤੁਸੀਂ ਮੇਨਟੇਨ ਰੱਖੀਆਂ ਹੋਈਆਂ? ਮੈਂ ਹਮੇਸ਼ਾ ਤਾਂ ਮੇਰੀ ਲਾਈਫ ਹੈ ਪਰਫੈਕਟ ਨਹੀਂ ਰਹਿੰਦੀ ਜੀ, ਕਈ ਇਹੋ ਜਿਹੇ ਟਾਈਮ ਹੁੰਦੇ ਨੇ ਜਦੋਂ ਫੋਟੋ ਵੀ ਨਹੀਂ ਕਰਾ ਸਕਦੇ ਹੋ, ਬਿਲਕੁਲ, ਕਈ ਵਾਰੀ ਤੁਸੀਂ ਮੈਂਟਲੀ ਕਿਸੇ ਪੋਜੀਸ਼ਨ 'ਚ ਹੈ ਹੀ ਨਹੀਂ, ਹਾਂਜੀ, ਮੈਂ ਤੁਹਾਨੂੰ ਚਲੋ ਸ਼ੇਅਰ ਨਹੀਂ ਕਰ ਸਕਦਾ, ਪਰ ਇਹੋ ਜਿਹੇ ਟਾਈਮਸ ਵੀ ਹੋਏ ਨੇ ਮੇਰੇ ਨਾਲ ਜਦੋਂ ਮੈਂ ਮੈਂਟਲੀ ਨਹੀਂ ਸੀ ਉਸ
ਮੂਮੈਂਟ 'ਚ ਕਿ ਮੈਂ ਫੋਟੋ ਕਰਾ ਸਕਾਂ ਨਾ, ਬੜੀ ਵਾਰੀ ਨਾ ਵੀ ਕੀਤੀ ਹੈ। ਪਰ ਜਿਵੇਂ ਟੈਕਨੀਕਲ ਸਟਾਫ ਜਿਹੜਾ ਹੁੰਦਾ, ਜੇ ਮਤਲਬ ਮੈਂ ਉਹਨਾਂ ਨਾਲ ਕੰਮ ਨਹੀਂ ਕਰ ਰਿਹਾ, ਜੇ ਮੈਂ ਕੰਮ ਕਰ ਰਿਹਾ ਫਿਰ ਤਾਂ ਅਸੀਂ ਚਲੋ ਸਾਰੇ ਹੀ ਲੇਬਰ ਕਰ ਰਹੇ ਹਾਂ ਨਾ, ਫਿਰ ਤਾਂ ਉਹਨਾਂ ਨੂੰ ਮੈਂ ਘੂਰ ਵੀ ਦਿੰਦਾ ਕਿ ਤੂੰ ਆਹ ਤਾਂ ਗਲਤ ਕਰ ਲਿਆ। ਪਰ ਜਿਵੇਂ ਤੁਸੀਂ ਸਾਰੇ ਵੇਟ ਕਰ ਰਹੇ ਸੀਗੇ, ਤਾਂ ਮੈਂ ਕਿਉਂਕਿ ਟੈਕਨੀਕਲ ਵਰਲਡ ਤੋਂ ਆ ਜੀ, ਮੈਂ ਆਫ ਕੈਮਰਾ ਬਹੁਤ ਕੰਮ ਕੀਤਾ, ਸੋ ਮੈਨੂੰ ਤੁਸੀਂ ਸਾਰੇ ਆਪਣੇ ਫੀਲਡ ਦੇ ਬੰਦੇ ਲੱਗ ਰਹੇ ਹੋ, ਤਾਂ ਕਰਕੇ ਮੈਨੂੰ ਵਧੀਆ ਲੱਗਦਾ। ਇਹ ਸੱਚੀ ਮਤਲਬ ਐਪਰੀਸ਼ੀਏਟ ਕਰਨ ਵਾਲੀਆਂ ਚੀਜ਼ਾਂ। ਸੋ ਆਪਾਂ ਫਿਲਮ ਦੇ ਬਾਰੇ ਅਗਰ ਗੱਲ ਕਰੀਏ ਤਾਂ ਫਿਲਮ ਤਬਾਹ 18 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਸੋ ਮੈਂ ਚਾਹੂੰਗੀ ਕਿ ਟੀਜ਼ਰ ਰਿਲੀਜ਼ ਹੋਇਆ ਤਾਂ ਇਸ ਦੇ ਬਾਰੇ, ਫਿਲਮ ਬਾਰੇ ਥੋੜ੍ਹਾ ਬਹੁਤ ਤੁਸੀਂ ਜ਼ਰੂਰ ਦੱਸੋ ਕਿ ਕਿਸ ਤਰੀਕੇ ਦੀ ਇਹ ਫਿਲਮ ਹੋਣ ਵਾਲੀ ਹੈ, ਕਿਉਂਕਿ ਯਾਰੀ ਦੋਸਤੀ ਵਾਲੀਆਂ ਚੀਜ਼ਾਂ ਤਾਂ ਆਪਾਂ ਟੀਜ਼ਰ ਦੇ ਵਿੱਚ ਦੇਖੀਆਂ। ਸੋ ਹੋਰ ਕਿਹੜੀਆਂ ਚੀਜ਼ਾਂ ਖਾਸ ਦੇਖਣ ਨੂੰ ਮਿਲਣਗੀਆਂ? ਮੈਂ ਨਾ ਹਰ ਇੱਕ ਇੰਟਰਵਿਊ 'ਚ ਗੱਲ ਜ਼ਰੂਰ ਬੋਲ ਰਿਹਾ ਕਿ ਇਹ ਫਿਲਮ ਨਾ ਦੇਖਣ ਵਾਲੀ ਘੱਟ ਤੇ ਮਹਿਸੂਸ ਕਰਨ ਵਾਲੀ ਫਿਲਮ ਜ਼ਿਆਦਾ ਹੈ ਜੀ। ਦੋਸਤੀ ਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਨੇ ਜੋ ਅਨਸੈਡ ਹੁੰਦੀਆਂ ਨੇ, ਪਿਆਰ ਦੇ ਵਿੱਚ ਚੀਜ਼ਾਂ ਨੇ ਬਹੁਤ ਅਨਸੈਡ ਹੁੰਦੀਆਂ ਨੇ। ਕਈ ਵਾਰੀ ਕਿਸੇ ਨੂੰ ਹੈਲਪ ਜਾਂ ਸਪੋਰਟ ਮੰਗਣੀ ਵੀ ਨਹੀਂ ਆਉਂਦੀ ਤੇ ਕਿਸੇ ਨੂੰ ਹੈਲਪ ਸਪੋਰਟ ਦੇਣੀ ਵੀ ਨਹੀਂ ਆਉਂਦੀ, ਹੈ ਨਾ। ਤਾਂ ਇਹ ਜਿੰਨੀ ਆਪਣੇ ਅੰਬਰ ਤੇ ਰਾਵੀ ਦੀ ਕਹਾਣੀ ਹੈ, ਓਨੀ ਇੰਦਰ ਤੇ ਅੰਬਰ ਦੀ ਵੀ ਹੈ। ਤਾਂ ਹੀ ਇਹ ਪੋਸਟਰ ਦੇ ਵਿੱਚ ਮਤਲਬ ਅਸੀਂ ਇਹ ਕਰੈਕਟਰ ਵੀ ਉਵੇਂ ਰੱਖਿਆ, ਕਿਉਂਕਿ ਇਹ ਵੀ ਇੱਕ ਤਰੀਕੇ ਦਾ ਰੋਮਾਂਸ ਹੀ ਆ ਦੋਸਤਾਂ ਦਾ, ਆਪਣੇ ਦੋਸਤ ਨੂੰ ਉਹਦੇ ਮਾੜੇ ਸਮੇਂ ਵਿੱਚ ਸਾਂਭਣਾ, ਇਹ ਆਪਣੇ ਆਪ 'ਚ ਇੱਕ ਰਿਸ਼ਤਾ ਹੁੰਦਾ ਜੀ। ਸੋ ਮੂਵੀਜ਼ ਦੇ ਵਿੱਚ ਮੈਨੂੰ ਉਹੋ ਜਿਹੀ ਸਕ੍ਰਿਪਟ ਕੋਈ ਨਹੀਂ ਸੀ ਮਿਲ ਰਹੀ ਜਿਹਦੇ ਵਿੱਚ ਮੈਂ ਕੁਛ ਪਰਫੋਰਮ ਕਰ ਪਾਉਂਦਾ। ਮੈਨੂੰ ਲੱਗਦਾ ਸੀ ਮੈਂ ਉਹੀ ਕੈਰੈਕਟਰ ਦੀਆਂ ਡਿਫਰੈਂਟ ਵੇਰੀਏਸ਼ਨਸ ਕਰ ਰਿਹਾ ਸੀ ਜਿਹੜੀਆਂ ਮੈਂ ਪਹਿਲਾਂ ਕੀਤੀਆਂ ਹੋਈਆਂ ਸੀ। ਗਾਣਿਆਂ ਦੇ ਵਿੱਚ ਤਾਂ ਚਲੋ ਦੇਖੋ ਕਮਰਸ਼ੀਅਲ ਵਰਲਡ ਦੇ ਤੁਸੀਂ ਆਰਟਿਸਟ ਹੋ, ਬਿਲਕੁਲ ਹਰ ਗਾਣੇ ਵਿੱਚ ਤੁਹਾਨੂੰ ਕਾਰਾਂ ਵੀ ਦਿਖਾਉਣੀਆਂ ਪੈਣੀਆਂ ਨੇ ਤੇ ਕੱਪੜੇ ਤੇ, ਉਹ ਤਾਂ ਕਮਰਸ਼ੀਅਲ ਵਰਲਡ ਹੈ ਨਾ, ਚੀਜ਼ਾਂ ਹੀ ਗਾਣੇ ਹੀ ਉਸ ਚੀਜ਼ ਬਾਰੇ। ਬਿਲਕੁਲ, ਮੈਂ ਉਹਦੇ ਵਿੱਚ ਵੀ ਕੋਸ਼ਿਸ਼ ਕਰਦਾ ਕਿ ਮੈਂ ਕਦੇ ਆਮ ਜਿਹੇ ਮੁੰਡੇ ਵਰਗਾ ਗਾਣਾ ਕਰਦਾ, ਕਦੇ ਫਰਮਾਇਸ਼ ਵਰਗਾ ਗਾਣਾ ਕਰਦਾ, ਕਦੇ ਨਾ ਜੱਟਾ ਨਾ ਵਰਗਾ ਗਾਣਾ ਕਰਦਾ, ਮੈਂ ਸ਼ਿਫਟ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ। ਫਿਲਮਾਂ ਨੂੰ ਲੈ ਕੇ ਮੇਰੀ ਓਨੈਸਟੀ ਹੈਗੀ ਹੈ ਜੀ, ਮੈਂ ਇੱਕ ਐਕਟਰ ਸੀਗਾ ਇੰਡਸਟਰੀ 'ਚ ਆਉਣ ਤੋਂ ਪਹਿਲਾਂ, ਮੈਂ ਡਾਇਰੈਕਸ਼ਨ ਇਸ ਕਰਕੇ ਚੂਜ਼ ਕੀਤੀ ਸੀ ਕਿ ਐਜ਼ ਐਨ ਐਕਟਰ ਮੈਂ ਸਾਹਮਣੇ ਆ ਸਕਾਂ। ਸੋ ਮੈਂ ਲੱਗਦਾ ਜਦੋਂ ਸਾਰੀਆਂ ਨੀਡਸ ਲਾਈਫ ਦੀਆਂ ਪੂਰੀਆਂ ਹੋ ਗਈਆਂ, ਤੁਸੀਂ ਇੰਨੇ ਕੁ ਅਸਟੈਬਲਿਸ਼ ਹੋ ਗਏ ਕਿ ਤੁਸੀਂ ਥੋੜ੍ਹਾ ਮਰਜ਼ੀ ਦਾ ਕੰਮ ਕਰ ਸਕੋ, ਤਾਂ ਕਿਉਂ ਨਾ ਉਹੋ ਜਿਹੀਆਂ ਸਕ੍ਰਿਪਟਾਂ ਕੀਤੀਆਂ ਜਾਣ ਜਿਹੜੀਆਂ ਦਿਲ ਦੇ ਕਰੀਬ ਨੇ, ਜਿਹੜੀਆਂ ਰੀਅਲ ਨੇ ਥੋੜ੍ਹੀਆਂ ਜਿਹੀਆਂ, ਜਿਵੇਂ ਪਹਿਲਾਂ ਮੈਂ ਮਿਊਜ਼ਿਕ ਵੀਡੀਓਜ਼ ਕਰਦਾ ਸੀ। ਸੋ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਫਿਲਮ ਨਾਲ ਹਰ ਕੋਈ ਆਪਣੇ ਆਪ ਨੂੰ ਰਿਲੇਟ ਕਰ ਪਾਊਗਾ, ਕਿਉਂਕਿ ਦੋਸਤੀ 'ਤੇ ਬਣੀ ਹੋਈ ਫਿਲਮ ਹੈ। ਸੋ ਤੁਹਾਡੇ ਆਪਣੇ ਕਿਰਦਾਰ ਦੀ ਆਪਾਂ ਗੱਲ ਕਰੀਏ ਤਾਂ ਤੁਹਾਡਾ ਕੈਰੈਕਟਰ ਕਿਸ ਤਰੀਕੇ ਦਾ ਦੇਖਣ ਨੂੰ ਮਿਲੂਗਾ, ਜਿਵੇਂ ਕਿ ਹਰ ਫਿਲਮ ਦੇ ਵਿੱਚ ਵੱਖੋ ਵੱਖਰਾ ਹੁੰਦਾ ਹੈ? ਮੈਮ ਸ਼ਾਇਦ ਤੁਹਾਨੂੰ ਆਪਣਾ ਆਪ ਹੀ ਫਿਲਮ ਦੇ ਵਿੱਚ ਨਾ ਦਿਖੇ ਜੀ, ਪਰ ਜੇ ਤੁਹਾਡੇ ਮੰਨ ਲਓ ਜਿਵੇਂ ਤੁਹਾਡਾ ਫਰੈਂਡ ਸਰਕਲ ਹੁੰਦਾ, ਉਹਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਅੰਬਰ ਦੀ ਝਲਕ ਜ਼ਰੂਰ ਦਿਖੂਗੀ। ਓਕੇ, ਤੁਹਾਡਾ ਕੋਈ ਨਾ ਕੋਈ ਦੋਸਤ ਹੁੰਦਾ ਜ਼ਰੂਰ ਹੈ ਜਿਹਦਾ ਮੰਨ ਲਓ ਦਿਲ ਟੁੱਟਿਆ ਹੁੰਦਾ, ਤਾਂ ਉਹਨੂੰ ਜਿੰਨਾ ਮਰਜ਼ੀ ਸਮਝਾ ਲਓ ਉਹ ਸਮਝਦਾ ਜਾਂ ਨਹੀਂ ਹੈ ਜੀ। ਇਹ ਉਹੋ ਜਿਹੇ ਇਮੋਸ਼ਨ ਦੀ ਕਹਾਣੀ ਹੈ। ਤੇ ਕਲਾਸ ਦੇ ਵਿੱਚ ਮੰਨ ਲਓ ਜੀ 40 ਬੱਚੇ ਹੁੰਦੇ ਨੇ, ਉਹਦੇ 10 ਮੁੰਡੇ ਤਾਂ ਹੁੰਦੇ ਨੇ ਹੀਰੋ, ਬਿਲਕੁਲ, ਹੈ ਨਾ, ਜਿਨ੍ਹਾਂ ਦੀ ਗਰਲਫ੍ਰੈਂਡ ਵੀ ਹੁੰਦੀ ਹੈ ਤੇ ਕਾਲਜ ਘੁੰਮਣ ਵੀ ਜਾਂਦੇ ਹੁੰਦੇ। ਪਰ ਕਈ ਲੋਕ ਹੁੰਦੇ ਨੇ ਜਿਹੜੇ ਬਸ ਦੂਰੋਂ ਦੇਖਦੇ ਰਹਿੰਦੇ ਨੇ, ਪਿਆਰ ਇਜ਼ਹਾਰ ਵੀ ਨਹੀਂ ਕਰ ਪਾਉਂਦੇ, ਪਰ ਦੋਸਤ ਨੂੰ ਕਹਿੰਦੇ ਨੇ ਯਾਰ ਤੇਰੀ ਭਾਬੀ ਯਾਰ ਮੈਂ, ਬਿਲਕੁਲ। ਤਾਂ ਆਈ ਥਿੰਕ ਇਹ ਮਤਲਬ ਉਸ ਇੱਕ ਵਰਲਡ ਦੀ ਇੱਕ ਉਹ ਇਮੋਸ਼ਨ ਹੈ ਕਿ ਕਾਲਜ ਦਾ ਯੂਥ ਨਵਾਂ ਨਵਾਂ ਤੁਹਾਨੂੰ ਪਿਆਰ ਹੋਣਾ, ਬਿਲਕੁਲ, ਪਰ ਆਪਣੇ ਇਮੋਸ਼ਨਸ ਨੂੰ ਨਾ ਸਮਝ ਪਾਉਣਾ ਤੇ ਅਲਟੀਮੇਟਲੀ ਉਹ ਨਾ ਸਮਝੀ ਤੁਹਾਨੂੰ ਜ਼ਿੰਦਗੀ 'ਚ ਕਿਵੇਂ ਤਬਾਹ ਕਰ ਦਿੰਦੀ। ਇਟਸ ਅ ਪ੍ਰੋਸੈਸ ਆਫ ਡਿਸਟਰਕਸ਼ਨ ਆਫ ਐਨ ਇੰਡੀਵਿਜੂਅਲ ਜੋ ਕਮਿਊਨੀਕੇਸ਼ਨ ਜਾਂ ਇਮੋਸ਼ਨ ਲੈਕ ਕਰਦਾ ਸੀਗਾ,
ਐਕਸਪ੍ਰੈਸ ਕਰਨੇ। ਬਿਲਕੁਲ। ਸੋ ਜਿਵੇਂ ਕਿ ਯਾਰੀ ਦੋਸਤੀ ਤੇ ਰਿਲੇਟਡ ਹੈਗੀ ਹੈ ਫਿਲਮ, ਸੋ ਆਪਾਂ ਤੁਹਾਡੇ ਨਾਲ ਅਗਰ ਗੱਲ ਕਰੀਏ ਤਾਂ ਪਰਮੇਸ਼ ਵਰਮਾ ਦੇ ਲਈ ਦੋਸਤੀ ਦੀ ਡੈਫੀਨੇਸ਼ਨ ਕੀ ਹੈ? ਮੈਂ ਇਹ ਤਾਂ ਬੜੀ ਵੱਡੀ ਡੈਫੀਨੇਸ਼ਨ ਹੁੰਦੀ ਹੈ, ਪਰ ਮੈਨੂੰ ਲੱਗਦਾ ਹੈ ਕਿ ਜਿਸ ਬੰਦੇ ਨੂੰ ਤੁਹਾਡੀ ਜਿੱਤ ਆਪਣੀ ਜਿੱਤ ਲੱਗੇ, ਜਿਸ ਬੰਦੇ ਨੂੰ ਤੁਹਾਡੀ ਹਾਰ ਆਪਣੀ ਹਾਰ ਲੱਗੇ, ਉਹ ਤੁਹਾਡਾ ਦੋਸਤ ਹੁੰਦਾ। ਬਿਲਕੁਲ, ਬਹੁਤ ਖੂਬਸੂਰਤ ਵਰਡਾਂ ਦੇ ਵਿੱਚ ਤੁਸੀਂ ਇਹਦੀ ਡੈਫੀਨੇਸ਼ਨ ਦਿੱਤੀ ਹੈ। ਸੋ ਯਾਰੀ ਦੋਸਤੀ ਦੀ ਆਪਾਂ ਗੱਲ ਕਰ ਰਹੇ ਹਾਂ, ਤੁਹਾਡੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਚਿਹਰੇ ਹੈਗੇ ਜੋ ਤੁਹਾਡੇ ਬਹੁਤ ਕਰੀਬ ਆ, ਔਰ ਦੋਸਤੀ ਕਿੰਨੀ ਕੁ ਜ਼ਿਆਦਾ ਜ਼ਰੂਰੀ ਹੁੰਦੀ ਹੈ ਤੁਹਾਨੂੰ ਲੱਗਦਾ ਜ਼ਿੰਦਗੀ ਦੇ ਵਿੱਚ? ਕਿਉਂਕਿ ਬਹੁਤ ਹੀ ਕਿਸਮਤ ਵਾਲੇ ਲੋਕ ਹੁੰਦੇ ਮੈਨੂੰ ਲੱਗਦਾ ਜਿਨ੍ਹਾਂ ਨੂੰ ਸੱਚੇ ਦੋਸਤ ਮਿਲਦੇ ਆ ਜ਼ਿੰਦਗੀ ਦੇ ਵਿੱਚ। ਉਹ ਬੈਠਾ ਹੀ ਦੇਖੋ ਰੀਲ ਲਈ ਜੀ ਸ਼ੂਟ ਕਰੀ ਜਾਂਦਾ ਨਾਲ ਨਾਲ ਕੇ, ਕੰਮ ਦੀ ਗੱਲ ਜੇ ਵੀ ਹੋਵੇ ਤੇ ਪਾ ਦਾਂਗੇ। ਬਿਲਕੁਲ। ਆਈ ਥਿੰਕ ਮੈਮ ਦੋਸਤੀ ਨਾਲ ਇੱਕ ਮੁੰਡਿਆਂ ਕੋਲੇ ਲੈ ਦੇ ਕੇ ਦੋਸਤੀ ਹੀ ਹੁੰਦੀ ਹੈ। ਬਿਲਕੁਲ। ਉਹੀ ਤੁਹਾਡਾ ਸਪੋਰਟ ਸਿਸਟਮ ਹੁੰਦਾ, ਉਹੀ ਤੁਹਾਡੀ ਥੈਰੇਪੀ ਹੈ, ਉਹੀ ਤੁਹਾਡੀ ਕਾਉਂਸਲਿੰਗ ਹੈ ਜੀ। ਤੁਹਾਡੇ ਕੋਲ ਲੈ ਦੇ ਕੇ ਸਿਰਫ ਦੋਸਤੀ ਹੁੰਦਾ। ਬਹੁਤ ਰੇਅਰ ਦੋਸਤ ਹੁੰਦੇ ਨੇ ਜੋ ਆਪਣਾ ਦੁੱਖ ਕਿਸੇ ਨਾਲ ਸ਼ੇਅਰ ਵੀ ਕਰ ਪਾਉਣ। ਬਿਲਕੁਲ। ਕਿਉਂਕਿ ਮੁੰਡਿਆਂ ਦੀ ਥੋੜੀ ਪ੍ਰੋਬਲਮ ਹੁੰਦੀ ਹੈ, ਮੁੰਡੇ ਆਪਣਾ ਆਪਣਾ ਐਕਸਪ੍ਰੈਸ ਨਹੀਂ ਕਰ ਪਾਉਂਦੇ। ਬਿਲਕੁਲ। ਸੋ ਮੁੰਡਿਆਂ ਦੀ ਦੋਸਤੀ ਹੈ ਵੀ ਬੜੀ ਕਮਾਲ ਦੀ ਜੀ, ਹੈ ਨਾ। ਬ੍ਰੈਡ ਲੈਣ ਵੀ ਜਾਣਾ ਤਿੰਨ ਜਣੇ ਜਾਂਦੇ ਨੇ, ਹੈ ਨਾ। ਬਿਲਕੁਲ। ਤੇ ਮੇਰੇ ਨਾਲ ਤਾਂ ਬਹੁਤ ਕਿੱਸੇ ਇਹੋ ਜਿਹੇ ਵੀ ਹੋਏ ਹੋਏ ਨੇ ਕਿ ਜਦੋਂ ਮੈਨੂੰ ਲੋੜ ਸੀਗੀ ਤੇ ਮੇਰੇ ਦੋਸਤ ਮੇਰੇ ਨਾਲ ਇਹੋ ਜਿਹੀ ਸਿਚੁਏਸ਼ਨ 'ਚ ਵੀ ਖੜੇ ਜਿੱਥੇ ਉਹਨਾਂ ਦਾ ਬਣਦਾ ਨਹੀਂ ਸੀ, ਤੇ ਅਸੀਂ ਵੀ ਉੱਥੇ ਖੜੇ ਹੋਵਾਂਗੇ ਆਪਣੇ ਦੋਸਤਾਂ ਨਾਲ ਜੀ, ਜਿੱਥੇ ਸ਼ਾਇਦ ਸਾਡੇ ਪਰਿਵਾਰ ਵੀ ਸਾਡੇ ਐਂਟੀ ਸੀਗੇ, ਪਰ ਸ਼ਾਇਦ ਇਹੀ ਦੋਸਤੀ ਹੈ ਜੀ। ਮੇਰਾ ਸੁਖਜਿੰਦਰ ਲੋਪੋਂ ਬਾਈ ਆ, ਉਹ ਸ਼ੌਂਕੀ ਸਰਦਾਰ ਆ ਜੀ, ਉਹ ਬਾਈ ਬੜੀ ਸੋਹਣੀ ਗੱਲ ਕਹਿ ਕੇ ਗਿਆ ਸੀ ਜਦੋਂ ਮਿਲਿਆ ਸੀ। ਕਹਿੰਦਾ ਯਾਰ ਮਾੜੇ ਟਾਈਮ ਲਈ ਹੁੰਦਾ ਦੋਸਤ, ਬਿਲਕੁਲ, ਚੰਗੇ ਟਾਈਮ ਤਾਂ ਸਾਰੀ ਤੁਹਾਡੇ ਨਾਲ ਨੇ, ਚੰਗੇ ਟਾਈਮ ਤੁਹਾਨੂੰ ਕਿਸੇ ਨੇ ਕੀ ਕਹਿਣਾ। ਸੋ ਦੋਸਤੀ ਤਾਂ ਮਾੜੇ ਟਾਈਮ ਲਈ ਹੀ ਹੁੰਦੀ ਹੈ। ਸੋ ਮੈਂ ਬਲੈਸਡ ਕਿ ਜੀ ਮੇਰੇ ਦੋਸਤ ਬਹੁਤ ਪਿਆਰੇ ਨੇ ਜੀ, ਬਹੁਤ ਚੰਗੇ ਨੇ, ਤੇ ਮੇਰੀ ਜਿੰਨੀ ਵੀ ਜਰਨੀ ਆ ਉਹ ਜਰਨੀ 'ਚ ਮੇਰੇ ਦੋਸਤਾਂ ਦਾ ਬਹੁਤ ਵੱਡਾ ਹੱਥ ਹੈ, ਮੇਰੇ ਨਾਲ ਰਹਿੰਦੇ ਨੇ। ਮੇਰੀ ਇੱਜ਼ਤ ਉਹਨਾਂ ਦੀ ਇੱਜ਼ਤ ਹੈ ਜੀ, ਬਿਲਕੁਲ, ਮੇਰੀ ਬੇਇੱਜ਼ਤੀ ਉਹ ਆਪਣੀ ਬੇਇੱਜ਼ਤੀ ਮੰਨਦੇ ਨੇ, ਉਵੇਂ ਉਹਨਾਂ ਦੀ ਇੱਜ਼ਤ ਮੇਰੀ ਇੱਜ਼ਤ ਹੈ, ਉਹਨਾਂ ਦੀ ਬੇਇੱਜ਼ਤੀ ਮੇਰੀ ਬੇਇੱਜ਼ਤੀ ਹੈ ਜੀ। ਸੋ ਇਸ ਫਿਲਮ ਦੇ ਵਿੱਚ ਤੁਸੀਂ ਵੇਟ ਵੀ ਗੇਨ ਕੀਤਾ ਸੀ, ਹੈ ਨਾ, ਸੋ ਕਿੰਨੀਆਂ ਕੁ ਡਿਫੀਕਲਟ ਰਹੀਆਂ ਉਹ ਸਾਰੀਆਂ ਚੀਜ਼ਾਂ? ਕਿਉਂਕਿ ਇੱਦਾਂ ਦੀਆਂ ਚੀਜ਼ਾਂ ਨਾ ਬਹੁਤ ਜ਼ਿਆਦਾ ਚੈਲੈਂਜਿੰਗ ਹੁੰਦੀਆਂ, ਆਪਾਂ ਹੁਣ ਵੀ ਦੇਖ ਸਕਦੇ ਹਾਂ ਕਿ ਬਿਲਕੁਲ ਹੀ ਨਹੀਂ ਲੱਗ ਰਿਹਾ ਤੁਸੀਂ ਵੇਟ ਗੇਨ ਵੀ ਕੀਤਾ ਸੀ, ਸੋ ਪਹਿਲਾਂ ਵੇਟ ਗੇਨ ਕਰਨਾ ਫਿਰ ਵਾਪਸ ਉਸੇ ਤਰੀਕੇ ਨਾਲ ਆਉਣਾ ਕਿੰਨਾ ਕੁ ਜ਼ਿਆਦਾ ਔਖਾ ਰਿਹਾ? ਦੇਖੋ ਜੀ, ਈਵਨ ਦੋ ਵੇਟ ਗੇਨ ਕੋਈ ਫਿਲਮ ਦੇ ਵਿੱਚ ਐਡਾ ਵੱਡਾ ਪਾਰਟ ਨਹੀਂ ਹੈ ਜੀ, ਪਰ ਤਬਾਹ ਵੀ ਉਹੀ ਹੁੰਦਾ ਜਿਹੜਾ ਪਹਿਲਾਂ ਆਬਾਦ ਹੋਵੇ। ਬਿਲਕੁਲ। ਟੁੱਟਦਾ ਵੀ ਉਹੀ ਹੈ ਜੋ ਪਹਿਲਾਂ ਸਾਬਤ ਹੋਵੇ, ਤਾਂ ਉਹ ਗ੍ਰਾਫ ਦਿਖਾਉਣ ਦੇ ਲਈ ਨਾ ਉਹਦੀ ਡਿਟੀਰੇਸ਼ਨ ਬੰਦੇ ਦੀ, ਉਹਦੇ ਲਈ ਉਹ ਫਿਜ਼ੀਕ ਨੇ ਬਹੁਤ ਹੈਲਪ ਕੀਤੀ, ਉਹ ਵਿਜ਼ੂਅਲ ਬਿੰਬ ਸੈੱਟ ਕਰਨ ਲਈ। ਦਾੜੀ ਤਾਂ ਬੰਦੇ ਦੀ ਵਧ ਗਈ, ਬਿਲਕੁਲ, ਐਕਟਿੰਗ ਤਾਂ ਬੰਦੇ ਨੇ ਕਰ ਲਈ, ਪਰ ਜਦੋਂ ਵਿਜ਼ੂਅਲੀ ਤੁਸੀਂ ਦੇਖਿਆ ਕਿ ਬੰਦਾ ਐਵੇਂ ਸੀ ਯਾਰ, ਹੁਣ ਉਹ ਐਵੇਂ ਹੋ ਗਿਆ, ਤਾਂ ਉਹ ਟਾਈਮ ਲੈਪਸ ਤੁਹਾਨੂੰ ਨਾ ਵਿਜ਼ੂਅਲ ਵੀ ਦਿਖਣ ਲੱਗ ਗਿਆ। ਦੂਜਾ, ਐਜ਼ ਐਨ ਆਰਟਿਸਟ ਆਈ ਫੀਲ ਦੈਟ ਇਜ਼ ਮਾਈ ਡੈਡੀਕੇਸ਼ਨ ਟੂਵਰਡਸ ਮਾਈ ਕਰਾਫਟ, ਕਿ ਯਾਰ ਮੈਂ ਇਸ ਐਕਸਟੈਂਟ ਤੱਕ ਵੀ ਜਾ ਸਕਦਾ, ਇਸ ਐਕਸਟੈਂਟ ਤੱਕ ਵੀ ਜਾ ਸਕਦਾ। ਜਦੋਂ ਮੈਨੂੰ ਕਿਹਾ ਗਿਆ ਕਿ ਵੈਬ ਸੀਰੀਜ਼ ਤੁਸੀਂ ਸ਼ੇਵ ਕਰ ਦਿਓ, ਮੈਂ ਸ਼ੇਵ ਵੀ ਕਰ ਸਕਦਾ ਜੀ, ਬਸ਼ਰਤੇ ਤੁਹਾਡੀ ਸਕ੍ਰਿਪਟ ਓਨੀ ਅੱਛੀ ਹੋਵੇ। ਇੱਕ ਮੈਨੂੰ ਐ ਲੱਗਦਾ ਸੀ ਕਿ ਆਹ ਕੈਰੈਕਟਰ ਦੇ ਵਿੱਚ ਨਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮੈਂ ਪਰਮੀਸ਼ ਓਵਰ ਐਂਡ ਓਵਰ ਅਗੇਨ ਕਰਕੇ ਥੱਕ ਚੁੱਕਾ ਸੀ ਜੀ, ਤਾਂ ਜਿਹੜੀਆਂ ਮੇਰੇ ਨਾਲ ਦੋ ਤਿੰਨ ਚੀਜ਼ਾਂ ਜੁੜਦੀਆਂ ਸੀ, ਮੰਨ ਲਓ ਫਿਜ਼ੀਕ, ਕੱਪੜੇ, ਦਾੜੀ, ਉਹ ਸਾਰੀਆਂ ਚੀਜ਼ਾਂ ਨੂੰ ਮੈਂ ਕੌਨਸ਼ੀਅਸਲੀ ਤੋੜਨਾ ਚਾਹੁੰਦਾ ਸੀ। ਹਾਂ, ਜਦੋਂ ਉਹ ਫਿੱਟ ਹੈ ਉਹਨੂੰ ਤਾਂ ਮੈਂ ਹੀ ਲੱਗਾਂਗਾ, ਤੇ ਲੋਕ ਦੇਖਣ ਵੀ ਉਹੀ ਪਰਮੀਸ਼ ਨੂੰ ਆ ਰਹੇ ਨੇ, ਪਰ ਮਤਲਬ ਉਸ ਕਰੈਕਟਰ ਨੂੰ ਮੈਂ ਉਸ ਚੋਂ ਬਾਹਰ ਲੈ ਗਿਆ ਦੂਜੇ ਐਕਸਟ੍ਰੀਮ ਤੱਕ ਜੀ, ਜੋ ਐਜ਼ ਅ ਫਿਲਮ ਮੇਕਰ ਮੇਰੀ ਜੋਬ ਸੀ, ਐਂਡ ਐਜ਼ ਐਨ ਐਕਟਰ ਵੀ ਮੈਂ ਕਰਨਾ ਚਾਹੁੰਦਾ ਸੀ ਜੀ।
ਜੀ ਸੋ ਵੇਟ ਗੇਨ ਦੀ ਅਗਰ ਆਪਾਂ ਗੱਲ ਕਰ ਰਹੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀ ਹੁੰਦੀਆਂ ਕਿ ਆਪਾਂ ਉਹਨਾਂ ਨੂੰ ਆਰਟੀਫਿਸ਼ਲ ਤਰੀਕੇ ਨਾਲ ਵੀ ਦਿਖਾ ਸਕਦੇ ਹਾਂ। ਸੋ ਤੁਸੀਂ ਇਹੀ ਕਿਉਂ ਚੁਣਿਆ ਕਿ ਹਾਂ ਮੈਂ ਓਰੀਜਨਲੀ ਹੀ ਕਰਨਾ ਚਾਹੁੰਦਾ ਇਸ ਚੀਜ਼ ਨੂੰ? ਉਹਦੇ ਮੈਨਰਿਜ਼ਮਸ ਨਾ ਜੀ ਓਰੀਜਨਲ ਵੇਟ ਗੇਨ ਨਾਲ ਚੇਂਜ ਹੋ ਜਾਂਦੇ ਜੀ। ਜੇ ਤੁਹਾਡਾ ਢਿੱਡ ਨਿਕਲਿਆ ਤਾਂ ਖੜਦਾ ਵੀ ਤਰੀਕੇ ਅੱਡ ਨਾਲ, ਕਿਉਂਕਿ ਹੁਣ ਉਹਦੀ ਜਦੋਂ ਤੁਸੀਂ ਫਿੱਟ ਹੋ ਤੁਹਾਡੇ ਜਿਹੜੇ ਮੰਨ ਲਓ ਬੈਕ ਮਸਲਸ ਨੇ ਉਹ ਆਏ ਰਹਿਣਗੇ, ਤੁਹਾਡੀ ਪੋਸਚਰ ਤੁਹਾਡਾ ਸਹੀ ਰਹੂਗਾ। ਤਾਂ ਜੇ ਤੁਸੀਂ ਬੋਡੀ ਸੂਟ ਵੀ ਲਾ ਲਓਗੇ ਤੁਹਾਨੂੰ ਮੈਨੂਅਲੀ ਮੋਢੇ ਐਂ ਕਰਨੇ ਪੈਣਗੇ, ਪਰ ਤੁਹਾਡਾ ਸ਼ੋਲਡਰ ਦਾ ਕੱਟ ਤਾਂ ਉਵੇਂ ਰਹੂਗਾ ਨਾ, ਕਿਉਂਕਿ ਬੋਡੀ ਸੂਟ ਤਾਂ ਇੱਥੇ ਪਿਆ। ਦੂਜੀ ਗੱਲ ਇਹ ਵੀ ਹੈ ਕਿ ਜਿੰਨੀ ਦੇਰ ਮੈਂ ਭਾਰ ਵਧਾਇਆ ਉਨੀ ਦੇਰ ਮੈਂ ਜਿੰਮ ਨਹੀਂ ਗਿਆ, ਤਾਂ ਕਿ ਜਿਹੜੀ ਅਪਰ ਬੋਡੀ ਦੇ ਮਸਲ ਨੇ ਉਹ ਡਾਊਨ ਹੋ ਜਾਣ ਸਾਰੇ, ਉਹ ਫਿਰ ਤੁਹਾਡਾ ਪੋਸਚਰ ਸਾਰੇ ਕੁੱਬ ਪਏਗਾ, ਫਿਰ ਉਹ ਤੁਰਿਆ ਵੀ ਐਂ ਜੇ ਕਰਕੇ ਤੁਰਦਾ ਬੰਦਾ, ਜੇ ਸਿਗਰਟ ਵੀ ਪੀਂਦਾ ਟੇਢਾ ਖੜਾ ਸਿਗਰਟ ਪੀ ਰਿਹਾ। ਤਾਂ ਮੈਨੂੰ ਲੱਗਦਾ ਮੈਨਰਿਜ਼ਮਸ ਬਹੁਤ ਹੈ, ਉਹ ਜਿਹੜੀ ਬੋਡੀ ਦੇ ਵਿੱਚ ਸਟਿਫਨੈਸ ਹੁੰਦੀ ਹੈ ਉਹ ਚਲੀ ਜਾਂਦੀ ਹੈ ਓਰੀਜਨਲ ਵੇਟ ਦੇ ਨਾਲ। ਬਿਲਕੁਲ। ਦੂਜਾ ਜਿਵੇਂ ਤੁਹਾਨੂੰ ਕਿਹਾ ਜੈਨੂਇਨਲੀ ਵਾਂਟਡ ਟੂ ਸ਼ੋ ਮਾਈ ਡੈਡੀਕੇਸ਼ਨ ਫਾਰ ਦ ਆਰਟ ਐਂਡ ਆਈ ਥਿੰਕ ਦੈਟ ਹੈਲਪਡ ਮੀ। ਸੋ ਓਕੇ ਨਹੀਂ ਲੱਗੀਆਂ ਚੀਜ਼ਾਂ ਕਿਉਂਕਿ ਆਦਤ ਹੁੰਦੀ ਹੈ ਨਾ ਉਹ ਹੀ ਫਿਟ ਫਿਟ ਬੋਡੀ ਦੀ ਇਹ ਸਾਰੀਆਂ ਚੀਜ਼ਾਂ ਦੀ ਜਿਮ ਜਾਣ ਦੀ। ਮੈਂ ਦੇਖੋ ਜ਼ਿੰਦਗੀ ਦੇ ਹਰ ਇੱਕ ਪੱਖ ਨੂੰ ਇੰਜੋਏ ਕਰਦਾ ਜੀ। ਜੀ। ਤਾਂ ਮੈਂ ਵੇਟ ਗੇਨ ਨੂੰ ਵੀ ਬਹੁਤ ਇੰਜੋਏ ਕੀਤਾ, ਮਿੱਠਾ ਬਹੁਤ ਖਾਧਾ, ਸਮੋਸੇ ਸਮੋਸੇ ਬਹੁਤ ਖਾਧੇ ਜੀ, ਡਾਇਟ ਨੂੰ ਵੀ ਇੰਜੋਏ ਹੀ ਕੀਤਾ। ਹਾਂ ਸ਼ੂਟ ਥੋੜਾ ਜਿਹਾ ਸਟ੍ਰੈਸਫੁਲ ਹੋ ਗਿਆ ਸੀਗਾ ਜਦੋਂ ਮੈਂ ਫਿਟ ਸੀ ਉਹ ਕਰਨਾ, ਕਿਉਂਕਿ ਸਾਰਾ ਦਿਨ ਡਾਇਟ ਤੇ ਵੀ ਰਹਿਣਾ ਸੀ, ਬਿਲਕੁਲ ਡਾਇਰੈਕਟ ਵੀ ਕਰ ਰਿਹਾ ਸੀ, ਪ੍ਰੋਡਿਊਸ ਵੀ ਮੈਂ ਹੀ ਕੀਤੀ ਹੈ, ਫਿਲਮ 'ਚ ਕੋਈ ਇਨਵੈਸਟਰ ਨਹੀਂ ਹੈਗਾ, ਰਾਈਟ, ਬੈਕ ਐਂਡ ਤੇ ਪੈਸੇ ਵੀ ਸਾਰੇ ਆਪ ਲਾਏ ਸੀਗੇ। ਗਰਮੀ ਵੀ ਬਹੁਤ ਜ਼ਿਆਦਾ ਹੁੰਦੀ ਸੀ ਅਤੇ ਗਰਮੀ 'ਚ ਭੁੱਖ ਵੀ ਲੱਗਦੀ ਹੈ, ਪਿਆਸ ਵੀ ਲੱਗਦੀ ਹੈ, ਅਤੇ ਧੁੱਪੇ ਭੱਜ ਨੱਠ ਵੀ ਸੀਗੀ। ਤੁਸੀਂ ਡਾਇਟ ਵੀ ਇੰਨੀ ਜ਼ਿਆਦਾ ਸਟ੍ਰਿਕਟ ਕਰ ਰਹੇ ਹੋ, ਕੈਲਰੀਜ਼ ਵੀ ਜਮਾਂ ਹੀ ਥੋੜ੍ਹੀਆਂ ਖਾ ਰਹੇ ਹੋ, ਬਿਲਕੁਲ ਉਹ ਵੀਕ ਸਟੇਟ ਹੁੰਦੀ ਹੈ ਬੋਡੀ ਦੀ, ਤਾਂ ਬਹੁਤ ਫਰਸਟ੍ਰੇਟਿੰਗ ਸੀ। ਅਤੇ ਪਰ ਦੈਟਸ ਲਾਈਫ ਮੈਡਮ, ਇਹ ਕੋਈ ਐਡਾ ਵੀ ਮਤਲਬ ਚੀਜ਼ ਨਹੀਂ ਹੈਗੀ। ਬਿਲਕੁਲ। ਸੋ ਜਿਵੇਂ ਕਿ ਤੁਸੀਂ ਡਾਇਰੈਕਸ਼ਨ ਦੀ ਵੀ ਹੁਣੇ ਗੱਲ ਕੀਤੀ ਹੈ ਨਾ ਕਿ ਤੁਸੀਂ ਖੁਦ ਇਹ ਫਿਲਮ ਡਾਇਰੈਕਟ ਵੀ ਕੀਤੀ ਹੈ, ਪ੍ਰੋਡਿਊਸ ਵੀ ਕੀਤੀ ਹੈ, ਐਕਟ ਵੀ ਖੁਦ ਕੀਤਾ ਹੈ। ਸੋ ਚਲੋ ਪ੍ਰੋਡਿਊਸਰ ਇੱਕ ਸਾਈਡ 'ਤੇ ਰਹਿ ਜਾਂਦਾ, ਇੱਕ ਡਾਇਰੈਕਟਰ ਔਰ ਇੱਕ ਐਕਟਰ ਦੋਵੇਂ ਚੀਜ਼ਾਂ ਖੁਦ ਪਰਫੋਰਮ ਕਰਨੀਆਂ ਮੈਨੂੰ ਲੱਗਦਾ ਡਿਫੀਕਲਟ ਚੀਜ਼ ਹੁੰਦੀ ਹੈ। ਸੋ ਕਿੰਨਾ ਕੁ ਇਹ ਚੀਜ਼ ਤੁਹਾਡੇ ਲਈ ਚੈਲੇਂਜਿੰਗ ਰਹੀ ਹੈ? ਮੇਰੀ ਮਜਬੂਰੀ ਹੈ ਜੀ, ਮੈਂ ਕਾਲ ਵੀ ਵੈਰੀ ਓਨੈਸਟ ਹੂੰ, ਜੇ ਮੇਰੇ ਕੋਲ ਕੋਈ ਜੈਨੂਇਨ ਡਾਇਰੈਕਟਰ ਹੋਵੇ ਜੀ ਜੋ ਪੈਸ਼ਨੇਟਲੀ ਕੰਮ ਕਰੇ, ਤੇ ਮੈਂ ਡਾਇਰੈਕਟਰ ਦੇ ਨਾਲ ਹੀ ਕੰਮ ਕਰਨਾ ਪ੍ਰੈਫਰ ਕਰੂੰਗਾ ਜੀ। ਪਰ ਜੇ ਮੈਂ ਇੰਨੀ ਐਫਰਟ ਮਾਰ ਰਿਹਾ ਤੇ ਅੱਗੋਂ ਜਿਹੜਾ ਡਾਇਰੈਕਟਰ ਹੈ ਉਹ ਨਹੀਂ ਉਨੀ ਐਫਰਟ ਕਰ ਰਿਹਾ ਜੀ, ਤਾਂ ਫਿਰ ਮੈਂ ਕੰਮ ਨਹੀਂ ਕਰਨਾ ਚਾਹੁੰਦਾ, ਫਿਰ ਮੈਂ ਆਪ ਕਰ ਲੂੰਗਾ ਜੀ। ਮਤਲਬ ਮੇਰੇ ਲਈ ਕੰਮ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਮੈਂ ਜੇ ਐਜ਼ ਐਨ ਐਕਟਰ ਸਰੈਂਡਰ ਕਰ ਰਿਹਾ ਤਾਂ ਤੁਹਾਨੂੰ ਐਜ਼ ਅ ਡਾਇਰੈਕਟਰ ਵੀ ਸਰੈਂਡਰ ਕਰਨਾ ਪੈਣਾ ਕੰਮ ਨੂੰ। ਬਿਲਕੁਲ। ਸੋ ਆਈ ਹੈਵ ਬੀਨ ਵੈਰੀ ਡਿਸਅਪੋਇੰਟਡ ਇਨ ਦ ਪਾਸਟ, ਨੋਟ ਬਾਈ ਦ ਡਾਇਰੈਕਟਰਸ ਦੈਟ ਆਈ ਵਰਕਡ ਵਿਦ ਬਟ ਇਨ ਜਨਰਲ। ਤੇ ਥੋੜ੍ਹੀ ਇੰਡਸਟਰੀ ਹੈ ਵੀ ਜੀ ਆਪਣੀ ਬਿਜ਼ਨਸ ਓਰੀਐਂਟਡ ਐਂਡ ਇਟ ਇਜ਼ ਫਾਈਨ ਬਿਕੋਜ਼ ਇਟਸ ਐਨ ਇੰਡਸਟਰੀ, ਇੰਡਸਟਰੀ ਤਾਂ ਬਿਜ਼ਨਸ ਓਰੀਐਂਟਡ ਹੀ ਹੋਊਗੀ ਨਾ ਜੀ। ਸੋ ਮੈਨੂੰ ਲੱਗਿਆ ਜਦੋਂ ਕੋਈ ਇਹੋ ਜਿਹਾ ਪ੍ਰੋਡਕਸ਼ਨ ਹਾਊਸ ਆਇਆ ਜਿੱਥੇ ਡਾਇਰੈਕਟਰ ਦੇ, ਹੁਣ ਜਿਵੇਂ ਵੈਬ ਸੀਰੀਜ਼ ਕੀਤੀ ਹੈ ਜੀਓ 'ਤੇ ਆਉਣੀ, ਉਹਦੇ 8 ਐਪੀਸੋਡ ਆ, ਉਹ 18 ਅਕਤੂਬਰ ਨੂੰ ਆਉਣੀ। ਮੈਮ ਜਿੰਨੇ ਡੈਡੀਕੇਟਡ ਉਹਨਾਂ ਦੀ ਟੀਮ ਸੀ, ਜਿੰਨੇ ਸਾਡੇ ਡਾਇਰੈਕਟਰ ਡੈਡੀਕੇਟਡ ਸੀ, ਅਸੀਂ ਸ਼ਾਇਦ ਉਹਨਾਂ ਦਾ 20% ਵੀ ਨਹੀਂ ਹੈਗੇ ਜੀ। ਓਕੇ। ਉਹਨਾਂ ਦੀ ਵੈਬ ਸੀਰੀਜ਼ ਨੂੰ 1.5-2 ਸਾਲ ਲੱਗੇ ਬਣਨ ਨੂੰ, ਉਹਨਾਂ ਨੇ ਵੀ ਹੋਰ ਸਟੋਰੀ ਵੀ ਨਹੀਂ ਸੁਣੀ 2 ਸਾਲ, ਕਿਉਂਕਿ ਉਹਨਾਂ ਨੇ ਆਪਣਾ 100% ਦੇਣਾ ਸੀ ਜੀ। ਮੈਂ ਆਪਣੇ ਡਾਇਰੈਕਟਰ ਸਾਹਿਬ ਨੂੰ ਕਿਹਾ ਜਦੋਂ ਮੈਂ ਪੰਜਾਬ ਜਾ ਕੇ, ਸਰ ਅਸੀਂ ਰੋਕੀ ਮੈਂਟਲ ਸ਼ੁਰੂ ਕਰਨ ਲੱਗੇ ਹਾਂ ਜੀ, ਤੁਸੀਂ ਰੋਕੀ ਮੈਂਟਲ ਡਾਇਰੈਕਟ ਕਰੋ ਯਾਰ, ਅਭੀ ਨਾ ਇਹ ਇਸਕਾ ਕਾਮ ਚੱਲ ਰਿਹਾ ਹੈ, ਇਸਕੋ ਪਹਿਲੇ ਖਤਮ ਕਰਦੇ ਹਾਂ, ਫਿਰ ਸੋਚਦੇ ਹਾਂ ਕਿਆ ਕਰਨਾ ਹੈ, ਇਸਕੋ ਪਹਿਲੇ ਅੱਛੇ ਸੇ ਖਤਮ ਕਰ ਲੈ ਜੀ। ਸੋ ਮੈਮ ਯੂ ਨੀਡ ਪੈਸ਼ਨ
ਫੋਰ ਵਾਟ ਯੂ ਡੂ ਐਟ ਲੀਸਟ ਜੇ ਮੈਂ ਕੰਮ ਕਰਨਾ ਚਾਹੁੰਦਾ ਜੀ ਬਿਲਕੁਲ ਸੋ ਜਿਵੇਂ ਕਿ ਬਹੁਤ ਔਖਾ ਰਹਿੰਦਾ ਆਪਾਂ ਹੁਣੇ ਗੱਲ ਕੀਤੀ ਹੈ ਇੱਕ ਡਾਇਰੈਕਟਰ ਔਰ ਇੱਕ ਐਕਟਰ ਵਜੋਂ ਇੱਕੋ ਫਿਲਮ ਦੇ ਵਿੱਚ ਕੰਮ ਕਰਨਾ ਕੋਈ ਸ਼ੂਟ ਦੇ ਦੌਰਾਨ ਇੱਦਾਂ ਦਾ ਕਿੱਸਾ ਹੈ ਜੋ ਤੁਹਾਨੂੰ ਯਾਦ ਹੋਵੇ ਕਿ ਯਾਰ ਇਹ ਵਾਲਾ ਜਿਹੜਾ ਸੀਨ ਸੀ ਇਹ ਸ਼ੂਟ ਕਰਨਾ ਬਹੁਤ ਹੀ ਜ਼ਿਆਦਾ ਡਿਫੀਕਲਟ ਸੀਗਾ ਜਾਂ ਕੋਈ ਇੱਦਾਂ ਦੀਆਂ ਚੀਜ਼ਾਂ ਰਹੀਆਂ ਹੁਣ ਜੋ ਤੁਹਾਡੇ ਜ਼ਹਿਨ ਦੇ ਵਿੱਚ ਹਮੇਸ਼ਾ ਰਹੂਗੀ ਇਹ ਫਿਲਮ ਦੇ ਨਾਲ ਜੁੜੀ ਹੋਈ ਕੋਈ ਯਾਦ ਨਹੀਂ ਮੈਮ ਗੁਰੀ ਸਾਡਾ ਐਸੋਸੀਏਟ ਸੀਗਾ ਉਹਨੇ ਬਹੁਤ ਮਿਹਨਤ ਕੀਤੀ ਹੈ ਜੀ ਗੁਰਜਿੰਦਰ ਵੀਰਾ ਜਿਨ੍ਹਾਂ ਨੇ ਫਿਲਮ ਲਿਖੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਬਹੁਤ ਸੀਨ ਸੀ ਜਿਹੜੇ ਉਹਨਾਂ ਨੇ ਮੇਰੇ ਤੋਂ ਬਿਨਾਂ ਹੀ ਸ਼ੂਟ ਕਰ ਲਏ ਸਾਨੂੰ ਪਤਾ ਸੀ ਕਿਵੇਂ ਸ਼ੂਟ ਕਰਨਾ ਕੋਈ ਮੂਵਮੈਂਟ ਆ ਉਹਨਾਂ ਨੇ ਕਰ ਲਈ ਸੀਗੀ ਸੋ ਮੈਂ ਟੀਮ ਵੱਲੋਂ ਬਹੁਤ ਲੱਕੀ ਸੀਗਾ ਜੀ ਪ੍ਰੋਡਕਸ਼ਨ ਐਂਡ 'ਤੇ ਡੈਫੀਨੇਟਲੀ ਇਫ ਵੀ ਹੈਡ ਮੋਰ ਰਿਸੋਰਸਿਸ ਵੀ ਕੁਡ ਹੈਵ ਡਨ ਸਮਥਿੰਗ ਈਵਨ ਬਿਗਰ ਬਟ ਸਮਟਾਈਮਸ ਆਈ ਆਲਸੋ ਫੀਲ ਜੀ ਉਹਨੂੰ ਮੈਂ ਪ੍ਰੋਡਕਸ਼ਨ ਵਰਲਡ ਤੋਂ ਇੰਨਾ ਉੱਧਰ ਲੈ ਜਾਂਦਾ ਫਿਰ ਉਹ ਸ਼ਾਇਦ ਉਹ ਰੀਅਲਿਜ਼ਮ 'ਚੋਂ ਨਿਕਲ ਜਾਣਾ ਸੀ ਜੀ ਸੋ ਫਿਲਮ ਦੇ ਵਿੱਚ ਜਿਹੜਾ ਜਦੋਂ ਡਿਊਰਿੰਗ ਫਿਲਮ ਤੁਹਾਨੂੰ ਲੱਗੂਗਾ ਤੁਸੀਂ ਉਹਦੇ ਵਿੱਚ ਹੀ ਬੈਠੇ ਹੋ ਕਹਾਣੀ ਦੇ ਓਕੇ ਤੁਸੀਂ ਉਹਨੂੰ ਹਲਕਾ ਜਿਹਾ ਫਿਲਮੀ ਵਰਲਡ 'ਚ ਲੈ ਜਾਂਦੇ ਹੋ ਨਾ ਜੀ ਤਾਂ ਉਹਦਾ ਰੀਅਲਿਜ਼ਮ ਟੁੱਟ ਜਾਂਦਾ ਬਿਲਕੁਲ ਜੋ ਕਿ ਸਭ ਤੋਂ ਖਾਸ ਚੀਜ਼ ਹੁੰਦੀ ਹੈ ਇੱਕ ਫਿਲਮ ਦੀ ਨਮਕ ਥੋੜਾ ਜਿਹਾ ਵੱਧ ਪਿਆ ਤੇ ਥੋੜਾ ਜਿਹਾ ਘੱਟ ਪਿਆ ਤੇ ਪੂਰਾ ਜਿਹਾ ਹੋਣਾ ਚਾਹੀਦਾ ਹੈ ਬਿਲਕੁਲ ਅਸੀਂ ਕੋਸ਼ਿਸ਼ ਕੀਤੀ ਹੈ ਪੂਰਾ ਪੂਰਾ ਹੋਵੇ ਜੀ ਫਿਲਮ ਦੀ ਟੀਮ ਦੀ ਗੱਲ ਕਰੀਏ ਨਾ ਵੀ ਇਹ ਤਾਂ ਬਹੁਤ ਹੀ ਖੂਬਸੂਰਤ ਜਿਹੀ ਟੀਮ ਦੇਖਣ ਨੂੰ ਮਿਲ ਰਹੀ ਹੈ ਨਾ ਮੈਂ ਗੱਲ ਕਰਨਾ ਚਾਹੂੰਗੀ ਕਨਵਲਜੀਤ ਸਰ ਦੇ ਬਾਰੇ ਬਹੁਤ ਲੰਬਾ ਅਰਸਾ ਹੋ ਗਿਆ ਉਹਨਾਂ ਨੇ ਸੁਪਰ ਡੁਪਰ ਹਿੱਟ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਨਾ ਸੋ ਮੈਂ ਉਹਨਾਂ ਦੇ ਬਾਰੇ ਗੱਲ ਜ਼ਰੂਰ ਕਰਨਾ ਚਾਹੂੰਗੀ ਕਿ ਲੰਬੇ ਅਰਸੇ ਬਾਅਦ ਉਹ ਕਿਸੇ ਫਿਲਮ ਦੇ ਵਿੱਚ ਹੁਣ ਨਜ਼ਰ ਆਉਣ ਜਾ ਰਹੇ ਹੈ ਸੋ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹਨਾਂ ਨੂੰ ਕਨਵਿੰਸ ਕਰਨਾ ਕਿੰਨਾ ਕੁ ਈਜ਼ੀ ਰਿਹਾ ਜਾਂ ਕਿੰਨਾ ਕੁ ਡਿਫੀਕਲਟ ਰਿਹਾ ਉਹ ਕਿਸ ਤਰੀਕੇ ਦੇ ਨਾਲ ਇਸ ਫਿਲਮ ਦਾ ਹਿੱਸਾ ਰਹੇ ਹੈ ਮੈਮ ਸਭ ਤੋਂ ਈਜ਼ੀ ਕੰਮ ਕਰਨਾ ਉਹਨਾਂ ਨਾਲ ਸੀ ਜੀ ਉਹ ਇੰਨੇ ਕੁ ਜ਼ਿਆਦਾ ਨਫੀਸ ਇੰਨੇ ਕੁ ਜ਼ਿਆਦਾ ਚੰਗੇ ਇਨਸਾਨ ਨੇ ਜੀ ਤੇ ਉਸ ਤੋਂ ਵੀ ਜ਼ਿਆਦਾ ਕਿਤੇ ਚੰਗੇ ਪਰਫਾਰਮਰ ਨੇ ਤਾਂ ਜਦੋਂ ਅਸੀਂ ਫਿਲਮ ਕਰ ਰਹੇ ਸੀ ਤੇ ਸਾਨੂੰ ਅਸੀਂ ਚਾਹੁੰਦੇ ਤਾਂ ਅਸੀਂ ਮਤਲਬ ਸਾਰੇ ਐਕਟਰਸ ਨਵੇਂ ਵੀ ਲੈ ਸਕਦੇ ਸੀ ਤੇ ਪ੍ਰੋਡਕਸ਼ਨ ਹੋਰ ਘਟਾ ਸਕਦੇ ਸੀ ਪਰ ਸਾਨੂੰ ਸੀਗਾ ਕਿ ਯਾਰ ਦੋ ਲਾਈਟਾਂ ਘੱਟ ਮੰਗਾ ਲਾਂਗੇ ਬਿਲਕੁਲ ਪਰ ਆਰਟਿਸਟ ਸਾਰੇ ਉਹ ਹੋਣ ਜੋ ਆਪਣੇ ਜਿਹੜੇ ਸੀਨ 'ਚ ਮੈਂ ਨਹੀਂ ਹੈਗਾ ਉਹ ਸੀਨ ਨੂੰ ਹੋਲਡ ਕਰ ਸਕਾਂ ਬਿਲਕੁਲ ਸੋ ਫਾਦਰ ਦਾ ਜਿਹੜਾ ਕੈਰੇਕਟਰ ਆ ਬਹੁਤ ਇੰਪੋਰਟੈਂਟ ਆ ਤੇ ਉਹ ਸਰ ਨੇ ਐਡਾ ਬਾਖੂਬੀ ਨਿਭਾਇਆ ਉਹਦੇ ਵਿੱਚ ਇੱਕ ਸੀਨ ਆ ਹੁਣ ਮੈਂ ਉਹਦੇ ਬਾਰੇ ਗੱਲ ਨਹੀਂ ਕਰਨੀ ਜੀ ਪਰ ਉਸ ਸੀਨ 'ਚ ਉਹਨਾਂ ਨੇ ਮੇਰੇ ਮਤਲਬ ਇੱਕ ਸੀਨ ਹੈ ਜਿਹਦੇ 'ਚੋਂ ਮੇਰੇ ਤੋਂ ਬਹੁਤ ਨਾਰਾਜ਼ ਹੁੰਦੇ ਨੇ ਤੁਸੀਂ ਐਂ ਕਹਿ ਸਕਦੇ ਓਕੇ ਉਹ ਨਾਰਾਜ਼ਗੀ ਅਸੀਂ ਸ਼ੋਅ ਕਰਨ ਲਈ ਕੋਈ ਹੋਰ ਰੂਪ ਰੱਖਿਆ ਸੀਗਾ ਤੇ ਅਸੀਂ ਕਿਹਾ ਸਰ ਇਹ ਸੀਨ ਐਵੇਂ ਕਰਨਾ ਚਾਹੁੰਦੇ ਹਾਂ ਜੀ ਉਹ ਕਹਿੰਦੇ ਨਹੀਂ ਯਾਰ ਐਵੇਂ ਨਹੀਂ ਕਰਦੇ ਆਪਾਂ ਇਹ ਮੈਂ ਪੋਸਟ ਰਿਲੀਜ਼ ਤੁਹਾਡੇ ਨਾਲ ਡਿਸਕਸ਼ਨ ਕਰੂੰਗਾ ਜਦੋਂ ਆਪਣਾ ਮੌਕਾ ਮਿਲੇ ਓਕੇ ਸ਼ਾਇਰ ਤੇ ਮੈਂ ਕਿਹਾ ਸਰ ਪਰ ਫਿਰ ਉਹ ਐਮਫਸਾਈਜ਼ ਨਹੀਂ ਹੋਣਾ ਨਾ ਜੀ ਆਪਾਂ ਆਹ ਚੀਜ਼ ਦਿਖਾਉਣੀ ਚਾਹੁੰਦੇ ਹਾਂ ਕਹਿੰਦੇ ਉਹ ਮੈਂ ਦਿਖਾ ਦਾਂਗਾ ਜੀ ਤੇ ਉਹਨਾਂ ਨੇ ਬਸ ਮੇਰੇ ਵੱਲ ਦੇਖਿਆ ਤੇ ਸੀਨ ਹੋ ਗਿਆ ਮਤਲਬ ਉਹ ਐਡੀ ਮਤਲਬ ਮੂਵਮੈਂਟਸ ਦੇ ਵਿੱਚ ਪਰਫੋਰਮੈਂਸ ਪਈ ਹੈ ਸਰ ਦੇ ਮਤਲਬ ਇੱਕ ਤੇ ਦੂਜੇ ਸੈਕਿੰਡ ਦੇ ਵਿੱਚ ਇੱਕ ਮੂਵਮੈਂਟਸ ਨੇ ਜਿੱਥੇ ਸਰ ਨੇ ਪਰਫਾਰਮ ਕੀਤਾ ਆਈ ਥਿੰਕ ਹੀ ਇਜ਼ ਅ ਬ੍ਰਿਲੀਅੰਟ ਆਰਟਿਸਟ ਬਿਲਕੁਲ ਐਂਡ ਹੀ ਇਜ਼ ਦ ਮੋਸਟ ਈਜ਼ੀਐਸਟ ਆਰਟਿਸਟ ਟੂ ਵਰਕ ਵਿਦ ਮਤਲਬ ਤੁਸੀਂ ਐਂ ਲਾ ਲਓ ਕਿ ਜਦੋਂ ਸਰ ਨੂੰ ਇੱਕ ਸੀਨ ਦੇ ਲਈ ਨਾ ਫਿਰ ਤੋਂ ਆਉਣਾ ਪਿਆ ਜੀ ਤੇ ਅਸੀਂ ਸਰ ਨੂੰ ਰਿਕੁਐਸਟ ਕੀਤੀ ਕਿ ਸਰ ਆਹ ਜਿਹੜਾ ਸੀਨ ਹੈ ਜੇ ਤੁਸੀਂ ਫਿਰ ਤੋਂ ਆ ਸਕੋ ਜੀ ਤੇ ਬੰਬੇ ਤੋਂ ਆਉਂਦੇ ਨੇ ਚਲੋ ਯਾਰ ਮੈਂ ਇਕੱਲੇ ਹੀ ਆ ਜਾਊਂਗਾ ਮੈਂ ਟੀਮ ਨੂੰ ਨਹੀਂ ਲੈ ਕੇ ਆਉਂਦਾ ਜੀ ਕਿਉਂਕਿ ਉਹਨਾਂ ਨੂੰ ਪਤਾ ਸੀ ਅਸੀਂ ਫਿਲਮ ਲਿਮਿਟਡ ਬਜਟ 'ਚ ਬਣਾ ਰਹੇ ਹਾਂ ਸੋ ਹੈਟਸ ਆਫ ਐਂਡ ਆਈ ਥਿੰਕ ਹੀ ਇਜ਼ ਦੀ ਮੋਸਟ ਅਮੇਜ਼ਿੰਗ ਐਕਟਰ ਉਹਨਾਂ ਨੂੰ ਹਰਭਜਨ ਮਾਨ ਸਰ ਦੀਆਂ ਫਿਲਮਾਂ 'ਚ ਅਸੀਂ ਦੇਖਿਆ ਬਿਲਕੁਲ ਉਹਨਾਂ ਨੂੰ ਆਈਡਲਾਈਜ਼ ਕਰਦੇ ਸੀ ਤਾਂ ਸਾਨੂੰ ਸੀ ਜਿੱਥੇ ਵਾਮਿਕਾ ਜੀ ਆ ਰਹੇ ਨੇ ਜਿੱਥੇ ਧੀਰਜ ਹੈ ਕਵੀ ਹੈ ਸਾਰੇ ਐਕਟਰਸ ਨੇ ਤਾਂ ਜੇ ਫਾਦਰ ਦਾ ਰੋਲ ਵੀ ਸਰ ਕਰ ਲੈਣ
ਆਈ ਥਿੰਕ ਹੀ ਡਿਡ us a favor by coming in this film and I'm so thankful to sir. ਮੈਨੂੰ ਲੱਗਦਾ ਉਹਨਾਂ ਅਦਾਕਾਰਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਦੀਆਂ ਨਾ ਅੱਖਾਂ ਹੀ ਬੋਲਦੀਆਂ ਹੁੰਦੀਆਂ, ਸਿਰਫ ਉਹਨਾਂ ਦੀਆਂ ਅੱਖਾਂ ਹੀ ਸਭ ਬਿਆਨ ਕਰ ਦਿੰਦੀਆਂ ਵੀ ਇਹ ਕੀ ਕਹਿਣਾ ਚਾਹ ਰਹੇ ਹੈ। ਦੇਖਿਓ ਜੀ ਤੁਸੀਂ ਇਹ ਚੀਜ਼ ਨੂੰ ਨੋਟਿਸ ਕਰੋਗੇ ਜੀ। ਸੋ ਬਾਕੀ ਟੀਮ ਦੀ ਅਗਰ ਆਪਾਂ ਗੱਲ ਕਰੀਏ ਤਾਂ ਕਿਸ ਤਰੀਕੇ ਦੇ ਨਾਲ ਪੂਰੀ ਟੀਮ ਇਕੱਠੀ ਹੋਈ ਹੈ, ਕਿਉਂਕਿ ਵਾਮਿਕਾ ਦੇ ਨਾਲ ਵੀ ਤੁਸੀਂ ਦੂਸਰੀ ਵਾਰ ਕੰਮ ਕਰ ਰਹੇ ਹੋ। ਪਹਿਲਾਂ ਤੁਹਾਡੀ ਕੈਮਿਸਟਰੀ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਸੀ ਔਰ ਅੱਜ ਕੱਲ੍ਹ ਤਾਂ ਬਾਲੀਵੁੱਡ ਦੇ ਵਿੱਚ ਵੀ ਦੇਖ ਰਹੇ ਹੈ ਜੀ। ਮੈਂ ਕਿਉਂਕਿ ਮੈਂ ਤੁਹਾਨੂੰ ਕਿਹਾ ਨਾ ਕਿ ਅਸੀਂ ਚਾਹੁੰਦੇ ਸੀ ਇਹ ਫਿਲਮ ਥੋੜ੍ਹਾ ਜਿਹਾ ਨਾ ਰੀਅਲਿਜ਼ਮ ਦੇ ਨੇੜੇ ਰਹੇ ਜੀ। ਤਾਂ ਆਪਣੀ ਥੋੜ੍ਹਾ ਇਹ ਹੈ ਕਿ ਜਿਹੜਾ ਬੰਦਾ ਜਿਵੇਂ ਦੇ ਕੰਮ ਕਰਦਾ ਉਹਨੂੰ ਉਸੇ ਰੂਪ 'ਚ ਦੇਖਿਆ ਜਾਂਦਾ। ਤਾਂ ਕਿਉਂਕਿ ਸਾਡੀ ਦਿਲ ਦੀਆਂ ਗੱਲਾਂ ਸੀ ਜਿਹਨੂੰ ਮੈਥਸ ਦੇ ਹਿਸਾਬ ਨਾਲ ਦੇਖਦੇ ਤਾਂ ਹੁਣ ਦਿਲ ਦੀਆਂ ਗੱਲਾਂ 2 ਹੋਣੀ ਚਾਹੀਦੀ ਸੀ। ਬਿਲਕੁਲ। ਪਰ ਸਾਨੂੰ ਆਏ ਸੀ ਕਿ ਉਹੀ ਅਪਰੋਚ ਲੈਣ ਦੀ ਥਾਂ 'ਤੇ ਜੇ ਸੇਮ ਐਕਟਰਸ ਨੇ ਆਹ ਇਮੋਸ਼ਨ ਅੱਛਾ ਨਿਭਾਇਆ ਆਹ ਕਿਵੇਂ ਕਰਨਗੇ। ਸੋ ਵੀ ਟੁੱਕ ਅ ਕੰਪਲੀਟਲੀ ਡਿਫਰੈਂਟ ਅਪਰੋਚ। ਹਾਂ, ਦਿਲ ਦੀਆਂ ਗੱਲਾਂ 2 ਇਜ਼ ਆਲਸੋ ਪਾਰਟ ਆਫ ਬਿਜ਼ਨਸ, ਵੀ ਕੈਨ ਡੂ ਇਟ ਸਮ ਅਦਰ ਟਾਈਮ, ਬਟ ਐਟ ਦਿਸ ਮੂਮੈਂਟ ਇਨ ਮਾਈ ਕਰੀਅਰ ਆਈ ਫੈਲਟ ਕਿ ਮੈਂ ਕੁਛ ਸੀਰੀਅਸ ਕੰਮ ਕਰਨਾ ਚਾਹੁੰਦਾ ਜੀ। ਐਂਡ ਆਈ ਐਮ ਸੋ ਗਲੈਡ ਕਿ ਵਾਮਿਕਾ ਜੀ ਨੇ ਟਾਈਮ ਕੱਢਿਆ ਐਂਡ ਸ਼ੀ ਗੇਵ ਹਰ ਬੈਸਟ ਜੀ। ਸੋ ਸ਼ੂਟ ਦੀ ਵੀ ਆਪਾਂ ਅਗਰ ਗੱਲ ਕਰੀਏ ਤਾਂ ਕਿੰਨਾ ਟਾਈਮ ਇਸ ਦੇ ਸ਼ੂਟ ਨੂੰ ਲੱਗਿਆ ਔਰ ਕਿੱਥੇ ਕਿੱਥੇ ਇਹਦੇ ਸ਼ੂਟਸ ਹੋਏ ਹੈਗੇ? ਲੋਕਲੀ ਹੋਈ ਹੈ ਜੀ, ਚੰਡੀਗੜ੍ਹ ਮੋਹਾਲੀ ਦੇ ਵਿੱਚ ਸ਼ੂਟ ਹੋਈ ਹੈ। ਓਕੇ। ਪਟਿਆਲੇ ਸ਼ੂਟ ਹੋਈ ਹੈ ਤੇ 2 ਸਕੇਜੂਲ 'ਚ ਹੋਈ ਹੈ। ਇੱਕ ਸਕੇਜੂਲ ਦੇ ਵਿੱਚ ਸਾਡਾ ਮਤਲਬ ਇੱਕ ਸਰਟਨ ਪੀਰੀਅਡ ਹੈ ਟਾਈਮ ਫਰੇਮ ਦਾ, ਫਿਰ ਵੇਟ ਘਟਾ ਕੇ ਫਿਰ ਦੂਜਾ ਸਰਟਨ ਪੀਰੀਅਡ ਹੈ, ਫਿਰ ਥੋੜ੍ਹਾ ਜਿਹਾ ਪੈਚ ਵਰਕ ਹੈ, ਥੋੜ੍ਹਾ ਜਿਹਾ ਸਾਡਾ ਇਨਕੰਪਲੀਟ ਰਹਿ ਗਿਆ, ਪਰ ਉਹਨੂੰ ਅਸੀਂ ਕ੍ਰੀਏਟਿਵਲੀ ਮੈਨੇਜ ਕੀਤਾ ਬਹੁਤ ਅੱਛੇ ਤਰੀਕੇ ਨਾਲ। ਤੇ ਸੋ ਫਿਲਮ ਮੇਕਿੰਗ ਦਾ ਵੀ ਪ੍ਰੋਸੈਸ ਸੀਗਾ ਜੋ ਕਿ ਅਸੀਂ ਬਹੁਤ ਥੋਰੋਲੀ ਇੰਜੋਏ ਕੀਤਾ ਜੀ। ਜੀ, ਸੋ ਮੈਂ ਇੱਕ ਚੀਜ਼ ਹੋਰ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਕਦੇ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਪਲ ਆਇਆ ਜਦੋਂ ਲੱਗਿਆ ਹੋਵੇ ਕਿ ਬਸ ਹੁਣ ਉਮੀਦ ਨਹੀਂ ਰੱਖਣੀ, ਆਸ ਨਹੀਂ ਰੱਖਣੀ ਕਿਸੇ ਦੂਸਰੇ ਬੰਦੇ ਤੋਂ, ਜੋ ਕਰਨਾ ਖੁਦ ਕਰਨਾ? ਕਈ ਵਾਰ ਬੰਦਾ ਕਿਸੇ ਨਾ ਕਿਸੇ ਚੀਜ਼ ਤੋਂ ਡਿਸਅਪੁਆਇੰਟ ਹੋ ਜਾਂਦਾ ਹੈ। ਮੈਮ 2017 ਦੇ ਵਿੱਚ ਜਦੋਂ ਮੈਂ ਆਸਟ੍ਰੇਲੀਆ ਗਿਆ ਸੀ ਨਾ 2 ਬੈਗ ਚੱਕ ਜੀ, ਉਦੋਂ ਮੈਨੂੰ ਇਹ ਗੱਲ ਦਾ ਪਤਾ ਹੀ ਸੀ ਕਿ ਸਾਰੀ ਜ਼ਿੰਦਗੀ ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਨੂੰ ਹੀ ਕੱਢਣੀ ਪੈਣੀ। ਯੂ ਕੈਨ ਨਾਟ ਰਿਲਾਈ ਔਨ ਐਨੀਬਡੀ, ਮਾਈ ਲਾਈਫ ਇਜ਼ ਮਾਈ ਰਿਸਪੋਂਸੀਬਿਲਿਟੀ, ਆਈ ਐਮ ਹੈਲਡ ਅਕਾਊਂਟੇਬਲ ਫੋਰ ਦ ਡਿਸੀਜਨਸ ਦੈਟ ਆਮ ਟੇਕਿੰਗ। ਇਹ ਉਹਦੇ ਨਾਲ ਸਹੀ ਵੀ ਹੋਊਗਾ ਗਲਤ ਵੀ ਹੋਊਗਾ, ਮੇਰੀ ਜ਼ਿੰਦਗੀ ਦੀ ਜ਼ਿੰਮੇਵਾਰੀ ਆ, ਮੈਨੂੰ ਹੀ ਚੱਕਣੀ ਪੈਣੀ। ਸੋ ਮੈਂ ਬਹੁਤ ਕਿਸੇ ਨੂੰ ਮੈਂ ਬਲੇਮ ਨਹੀਂ ਕਰਦਾ ਕਿਸੇ ਚੀਜ਼ ਨੂੰ ਲੈ ਕੇ। ਐਵਰੀਥਿੰਗ ਇਜ਼ ਡੈਸਟੀਨੀ ਐਂਡ ਦੈਟਸ ਹਾਊ ਇਟ ਵਾਸ ਮੈਂਟ ਟੂ ਬੀ। ਰੱਬ ਬੈਠਾ, ਪਰਮਾਤਮਾ ਬੈਠਾ, ਐਡੀ ਵੱਡੀ ਪ੍ਰਕਿਰਤੀ ਚਲਾ ਰਿਹਾ ਉਹ, ਮੇਰੇ ਕੰਟਰੋਲ 'ਚ ਕੁਛ ਵੀ ਹੈ ਨਹੀਂ, ਮੈਂ ਉਹਦੇ ਕੰਟਰੋਲ ਦੇ ਵਿੱਚ ਹਾਂ। ਸੋ ਸਰੈਂਡਰ ਟੂ ਗੋਡ ਇਜ਼ ਮਾਈ ਵੇ ਆਊਟ ਆਫ ਦਿਸ ਲਾਈਫ। ਬਿਲਕੁਲ। ਸੋ ਜਿਵੇਂ ਕਹਿੰਦੇ ਨੇ ਕਿ ਪਰਿਵਾਰ ਅਤੇ ਦੋਸਤੀ ਦੋਨੇ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਆ ਔਰ ਦੋਨੇ ਇਕੁਅਲੀ ਮਤਲਬ ਜ਼ਿੰਦਗੀ ਦੇ ਵਿੱਚ ਜਗ੍ਹਾ ਰੱਖਦੀਆਂ, ਪਰ ਕੁਝ ਲੋਕ ਅੱਜ ਦੀ ਜਨਰੇਸ਼ਨ ਅਗਰ ਆਪਾਂ ਕਹਿੰਦੇ ਹਾਂ ਨਾ ਕਿ ਸਿਰਫ ਜਦੋਂ ਕਾਲਜ ਲਾਈਫ ਜਿਉਂ ਰਹੇ ਹੁੰਦੇ ਆ ਸਾਡੇ ਦੋਸਤ ਸਾਡਾ ਇਹ ਆਪਦੇ ਪਰਿਵਾਰ ਨੂੰ ਪਿੱਛੇ ਛੱਡ ਦਿੰਦੇ। ਮੈਂ ਬੇਸਿਕਲੀ ਗੱਲ ਕਰੂੰ, ਮੇਰੇ ਪਰਿਵਾਰ ਦੇ ਵਿੱਚ ਵੀ ਇੱਦਾਂ ਦੇ ਲੋਕ ਹੈਗੇ ਆ, ਹੈ ਨਾ, ਜੋ ਆਪਦੇ ਪਰਿਵਾਰ ਨੂੰ ਪਿੱਛੇ ਛੱਡ ਦਿੰਦੇ ਆ, ਸਿਰਫ ਕਹਿੰਦੇ ਆ ਕਿ ਦੋਸਤੀਆਂ ਹੀ ਇੰਪੋਰਟੈਂਟ ਹੈ। ਸੋ ਉਸ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ? ਮੈਮ ਦੋਸਤੀ, ਰਿਲੇਸ਼ਨਸ਼ਿਪਸ, ਬਿਲਕੁਲ, ਕੰਮ, ਮਾਂ ਪਿਓ ਜੀ, ਤੁਹਾਡਾ ਆਪਣੇ ਪਰਸਨਲ ਗੋਲ, ਇਹ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਕਰਨ ਦਾ ਨਾਮ ਜ਼ਿੰਦਗੀ ਹੈ। ਬਿਲਕੁਲ। ਸੋ ਯੋਰ ਜੌਬ ਇਜ਼ ਟੂ ਬੀ ਰਿਸਪੋਂਸਿਬਲ ਫੋਰ ਬੈਲੈਂਸ ਜੀ। ਇੱਕ ਵੀ ਐਕਸਟ੍ਰੀਮ 'ਚ ਤੁਸੀਂ ਜਾ ਨਹੀਂ ਸਕਦੇ, ਅਨਲੈਸ ਜਿਸ ਐਕਸਟ੍ਰੀਮ ਵਿੱਚ ਤੁਸੀਂ ਜਾ ਰਹੇ ਹੋ ਉਹ ਐਕਸਟ੍ਰੀਮ ਦੇ ਨਾਲ ਜਿਹੜੇ 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 ਬੰਦੇ ਸਫ਼ਰ ਕਰ ਰਹੇ ਨੇ ਉਹਨਾਂ ਨਾਲ ਇਹ ਡਾਇਲੋਗ ਹੋਇਆ ਹੋਇਆ। ਸੋ ਮੈਨੂੰ ਲੱਗਦਾ ਕੋਈ ਵੀ ਬੰਦਾ, ਕਈ ਵਾਰੀ ਆਪਾਂ ਗੱਲ ਹਮੇਸ਼ਾ ਸੁਣਦੇ ਹਾਂ ਕਿ ਯਾਰ ਇਹ ਬੰਦਾ ਤਾਂ ਆਪਣੇ ਘਰ ਵਾਲੀ ਦੇ ਦਾ ਹੀ ਧਿਆਨ ਰੱਖਦਾ, ਮਾਂ ਪਿਓ ਨੂੰ ਪਿੱਛੇ ਛੱਡ ਦਿੰਦਾ। ਬਿਲਕੁਲ। ਕੋਈ ਕਹਿੰਦਾ
ਯਾਰ ਘਰ ਵਾਲੀ ਵੀ ਤਾਂ ਉਹਦੀ ਜ਼ਿੰਮੇਵਾਰੀ ਆ, ਉਹ ਤਾਂ ਮਾਂ ਪਿਓ ਦੇ ਨਾਲ ਆ, ਕੋਈ ਕਹਿੰਦਾ ਇਹਦੇ ਦੋਸਤਾਂ ਨਾਲ ਹੀ ਫਿਰਦਾ ਰਹਿੰਦਾ, ਇਹੀ ਮੈਨੇਜਮੈਂਟ ਆ। ਹਰ ਬੰਦਾ ਇਕੁਅਲੀ ਇੰਪੋਰਟੈਂਟ ਹੈ। ਜੇ ਤੁਹਾਡੀ ਜ਼ਿੰਦਗੀ 'ਚ ਪੰਜ ਚੀਜ਼ਾਂ ਨੇ ਨਾ, ਤੁਹਾਡਾ ਕਰੀਅਰ ਤੁਹਾਡੀ ਜ਼ਿੰਮੇਵਾਰੀ ਆ। ਉਹ ਕਰੀਅਰ ਦੇ ਉੱਤੇ ਭੱਜਣ ਲਈ ਤੁਹਾਡਾ ਫੈਮਿਲੀ ਨੇ ਟਾਈਮ ਨੇ ਸੈਕਰੀਫਾਈਜ਼ ਕਰਨਾ। ਸੋ ਹਾਊ ਡੂ ਯੂ ਮੇਕ ਅਪ ਦੈਟ ਟਾਈਮ ਵਿਦ ਯੂਅਰ ਫੈਮਿਲੀ? ਬਾਈ ਸਫਰਿੰਗ। ਜੋ ਤੁਹਾਡੇ ਕੋਲ ਤੁਹਾਡੇ ਲਈ ਟਾਈਮ ਮਿਲੂਗਾ, ਤੁਸੀਂ ਉਹ ਟਾਈਮ ਕੱਟ ਕੇ ਜਿੰਨਾ ਟਾਈਮ ਐਕਸਟਰਾ ਕੰਮ ਨੂੰ ਦਿੱਤਾ, ਉਹ ਟਾਈਮ ਫਿਰ ਤੁਸੀਂ ਫੈਮਿਲੀ ਨੂੰ ਦਿਓਗੇ, ਫਿਰ ਤੁਹਾਡੇ ਦੋਸਤਾਂ ਕੋਲ ਟਾਈਮ ਨਹੀਂ ਹੋਊਗਾ। ਫਿਰ ਤੁਸੀਂ ਆਪਣੇ ਦੋਸਤਾਂ ਨਾਲ ਗੱਲ ਕਹੋਗੇ, ਯਾਰ ਦੇਖ ਮੇਰਾ ਕਰੀਅਰ ਨਾ ਉੱਥੇ ਆ, ਸਫ਼ਰ ਕਰ ਰਿਹਾ, ਜਿਹੜਾ ਮੇਰਾ ਟਾਈਮ ਹੁੰਦਾ ਫਿਰ ਮੈਂ ਫੈਮਿਲੀ ਕੋਲ ਜਾਣਾ, ਆਪਾਂ ਉਸ ਦਿਨ ਮਿਲਾਂਗੇ, ਤੇਰੇ ਨਾਲ ਹੀ ਰਹੂੰਗਾ ਸਾਰਾ ਦਿਨ, ਉਸ ਦਿਨ ਫਿਰ ਤੁਸੀਂ ਫੈਮਿਲੀ ਨੂੰ ਕਹਿ ਕੇ ਜਾਓਗੇ। ਇਹ ਮੈਨੇਜਮੈਂਟ ਹੁੰਦੀ ਆ ਤੁਹਾਡਾ ਟਾਈਮ। ਤੁਸੀਂ ਐਂ ਨੀ ਕਹਿੰਦਾ ਐਂ ਹੋ ਗਿਆ ਜੀ, ਐਂ ਹੋ ਗਿਆ ਇਸ ਕਰਕੇ ਜੀ, ਐਂ ਹੋ ਗਿਆ ਜੀ। ਬਿਲਕੁਲ, ਜ਼ਿੰਦਗੀ 'ਚ ਐਵੇਂ ਹੀ ਹੁੰਦਾ, ਜ਼ਿੰਦਗੀ ਅਨਫੇਅਰ ਹੀ ਹੈ, ਉਹਨੂੰ ਐਕਸੈਪਟ ਕਰੋ। ਟੇਕ ਰਿਸਪੋਂਸਿਬਿਲਿਟੀ ਆਫ ਯੂਅਰ ਲਾਈਫ। ਬਿਲਕੁਲ, ਜ਼ਿੰਮੇਵਾਰੀ ਇਹ ਤੁਹਾਡੀ ਹੈ। ਬਿਲਕੁਲ। ਸੋ ਜਦੋਂ ਵੀ ਤੁਸੀਂ ਕੋਈ ਫਿਲਮ ਕਰਦੇ ਹੋ, ਹੈ ਨਾ, ਸਕ੍ਰਿਪਟ ਦੇਖਦੇ ਹੋ, ਕਹਾਣੀ ਸੁਣਦੇ ਹੋ, ਸੋ ਉਸਦੇ ਵਿੱਚ ਕਿਹੜੀ ਇੱਦਾਂ ਦੀ ਇੰਪੋਰਟੈਂਟ ਚੀਜ਼ ਹੋਣੀ ਚਾਹੀਦੀ ਹੈ ਜਿਹਦੇ ਕਰਕੇ ਤੁਸੀਂ ਉਹ ਫਿਲਮ ਨੂੰ ਕਰਨ ਦੇ ਲਈ ਹਾਂ ਕਹਿੰਦੇ ਹੋ, ਜਾਂ ਫਿਲਮ ਦੀ ਕਹਾਣੀ ਤੁਹਾਡੇ ਲਈ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ, ਜਾਂ ਇੱਕ ਹੁੰਦਾ ਹੈ ਕਿ ਬਹੁਤ ਜਾਣੇ ਹੁੰਦੇ ਆ ਇਸ ਚੀਜ਼ ਨੂੰ ਦੇਖਦੇ ਆ ਕਿ ਸਕਰੀਨ ਟਾਈਮ ਮੇਰਾ ਵੱਧ ਹੋਣਾ ਚਾਹੀਦਾ? ਨਹੀਂ, ਸਕਰੀਨ ਟਾਈਮ ਤਾਂ ਮੈਨੂੰ ਮੈਟਰ ਨਹੀਂ ਕਰਦਾ ਜੀ। ਉਹ ਇਸ ਗੱਲ ਕਰਕੇ ਵੀ ਨਹੀਂ ਕਰਦਾ ਕਿ ਜਦੋਂ ਮੇਰਾ ਕਰੀਅਰ ਸੈੱਟ ਹੋਣਾ ਸ਼ੁਰੂ ਹੋਇਆ ਸੀ, ਮੈਂ ਤਾਂ ਗਾਣਿਆਂ 'ਚ 5-5 ਸੈਕਿੰਡ ਲਈ ਆਉਂਦਾ ਸੀ। ਮੇਰਾ ਤਾਂ ਕਰੀਅਰ ਹੀ ਕੈਮਿਓਜ਼ ਤੋਂ ਬਣਿਆ, ਸੋ ਮੈਨੂੰ ਸਕਰੀਨ ਟਾਈਮ ਨਹੀਂ ਮੈਟਰ ਕਰਦਾ। ਤੁਸੀਂ ਤਬਾਹ ਦੇਖ ਲਿਓ, ਤੁਸੀਂ ਦਿਲ ਦੀਆਂ ਗੱਲਾਂ ਦੇਖਿਓ। ਦਿਲ ਦੀਆਂ ਗੱਲਾਂ ਦੇ ਸੈਕਿੰਡ ਹਾਫ ਦੇ ਵਿੱਚ ਮੈਂ ਗਿਆ ਵੀ ਹੋਇਆ ਨਾ, ਮੈਂ ਤਾਂ ਫਿਰ ਕਲਾਈਮੈਕਸ ਤੇ ਦੇਖਦਾ ਤੁਹਾਨੂੰ। ਬਿਲਕੁਲ, ਜਦਕਿ ਉਹ ਫਿਲਮ ਲਿਖੀ ਹੀ ਮੈਂ ਸੀ। ਰਾਈਟ, ਜੇ ਮੈਂ ਲਿਖਦਾ ਫਿਰ ਮੈਂ ਤਾਂ ਆਪਣੇ ਆਪ ਨੂੰ ਘੈਂਟ 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 ਸੀਨ ਹੀ ਲਿਖੀ ਜਾਂਦਾ। ਸੋ ਮੈਂ ਤਾਂ ਦਿਲ ਦੀਆਂ ਗੱਲਾਂ ਦੇ ਸੈਕਿੰਡ ਹਾਫ 'ਚ ਹੈ ਹੀ ਨਹੀਂ। ਰਾਈਟ, ਸਗੋਂ ਇੱਕ ਥਰਡ ਕਰੈਕਟਰ ਇੰਟਰੋਡਿਊਸ ਹੁੰਦਾ ਜੋ ਉਹਨੂੰ ਲੱਭ ਰਿਹਾ। ਸਕਰੀਨ ਟਾਈਮ ਨਹੀਂ ਮੈਟਰ ਕਰਦਾ। ਮੈਂ ਤਾਂ ਉਦਣ ਆਪਣੇ ਉਹਦੀ ਜਗਦੀਪ ਦੀ ਫਿਲਮ ਚੱਲ ਰਹੀ ਹੈ, ਜਗਜੀਤ ਦੀ, ਸੋਰੀ ਜੀ, ਤੇ ਤੂੰ ਸਾਡਾ ਮੇਰਾ ਸਾਡਾ ਭਰਾ ਹੈ ਜਗਜੀਤ, ਤੇ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਕੋਈ ਲੋੜ ਹੋਈ ਮੈਨੂੰ ਦੱਸੀ, ਤੇ ਮੈਂ ਕਿਹਾ ਮੇਰਾ ਕੈਮਿਓ ਕੂਮਿਓ ਪਾ ਦਿਓ, ਪਿੱਛੋਂ ਜਿਹਾ ਮੈਨੂੰ ਪਾਣੀ ਪਿਆ ਜੂੰਗਾ। ਸੋ ਸਕਰੀਨ ਟਾਈਮ ਨਹੀਂ ਮੈਟਰ ਕਰਦਾ ਹੁੰਦਾ ਜੀ, ਤੁਸੀਂ ਕੰਮ ਕਰਨ ਕੀ ਆਏ ਹੋ ਬਹੁਤ ਮੈਟਰ ਕਰਦਾ। ਬਿਲਕੁਲ, ਠੋਕਦਾ ਰਿਹਾ ਦੇ ਵਿੱਚ ਮੈਂ ਇੱਕ ਸੈਕਿੰਡ ਲਈ ਆਇਆ, ਜਦੋਂ ਨਿੰਜਾ ਬਾਹਰ ਆਉਂਦਾ ਉਹ ਤੇ ਮੈਂ ਗੋਲੀ ਮਾਰਦਾ, ਔਰ ਇੱਕ ਸੈਕਿੰਡ ਵੀ ਰਜਿਸਟਰ ਹੋ ਜਾਂਦਾ। ਕਿਉਂਕਿ ਤੁਹਾਡਾ ਕੰਮ ਬੋਲਦਾ ਹੁੰਦਾ, ਉਹ ਜੇ ਇੱਕ ਸੈਕਿੰਡ ਲਈ ਵੀ ਆਓਗੇ ਤੁਸੀਂ ਕੰਮ ਵਧੀਆ ਕਰ ਜਾਓਗੇ ਤਾਂ ਨੋਟਿਸ ਹੋ ਜਾਊਗਾ। ਇਨਫੈਕਟ ਤੁਹਾਡੇ ਡਾਇਲੌਗ ਵੀ ਨਹੀਂ ਮੈਟਰ ਕਰਦੇ। ਬਿਲਕੁਲ, ਤੁਸੀਂ ਤਬਾਹ ਦੇਖਿਓ ਜਿਹੜਾ, ਮੈਂ ਤਾਂ ਹੀ ਕਹਿ ਰਿਹਾ ਇਹ ਅਨਸੈਡ ਦੀ ਕਹਾਣੀ ਹੈ ਜੀ, ਤਦ ਵਿੱਚ ਇਹਨੇ ਡਾਇਲੌਗਸ ਹੀ ਹੈ ਨਹੀਂ। ਓਕੇ, ਇਮੋਸ਼ਨ ਪਰਫਾਰਮੈਂਸ ਇਜ਼ ਨਾਟ ਡਾਇਲੌਗਸ, ਪਰ ਆਈ ਥਿੰਕ ਉਹ ਤੁਸੀਂ ਫਿਲਮ ਦੇਖੋਗੇ 18 ਅਕਤੂਬਰ ਨੂੰ, ਸ਼ਾਇਦ ਇਹ ਚੀਜ਼ਾਂ ਤੁਸੀਂ ਉਹਨੂੰ ਮਹਿਸੂਸ ਕਰ ਪਾਓਗੇ ਜੀ। ਬਿਲਕੁਲ। ਸੋ ਜਿਵੇਂ ਕਿ ਤੁਸੀਂ ਖੁਦ ਇੱਕ ਡਾਇਰੈਕਟਰ ਹੋ, ਐਕਟਰ ਵੀ ਹੋ, ਸਿੰਗਰ ਵੀ ਹੋ, ਸੋ ਮੈਂ ਇਹ ਜਾਣਨਾ ਚਾਹੂੰਗੀ ਕਿ ਕਿਹੜੀ ਚੀਜ਼ ਹੈ ਜੋ ਤੁਹਾਨੂੰ ਜ਼ਿਆਦਾ ਚੈਲੈਂਜਿੰਗ ਲੱਗਦੀ ਹੈ, ਔਖੀ ਲੱਗਦੀ ਹੈ, ਅਤੇ ਪਰ ਨਾਲ ਹੀ ਉਹ ਵੀ ਜਾਣਨਾ ਚਾਹੂੰਗੀ ਕਿ ਕਿਹੜੀ ਚੀਜ਼ ਹੈ ਜੋ ਤੁਹਾਨੂੰ ਸਭ ਤੋਂ ਵੱਧ ਕਰਨੀ ਪਸੰਦ ਹੈ। ਚੈਲੈਂਜਿੰਗ ਮੇਰੇ ਲਈ ਸਿੰਗਿੰਗ ਹੈ ਜੀ, ਸਪੈਸ਼ਲੀ ਹੁਣ ਕਿਉਂਕਿ ਸਾਡਾ 'ਮਿਊਜ਼ਿਕ ਦਾ ਗ੍ਰਾਫ ਬਹੁਤ ਅੱਛਾ ਜਾ ਰਿਹਾ ਜੀ, ਅਸੀਂ 'ਮਿਊਜ਼ਿਕ ਇੰਟਰਨੈਸ਼ਨਲ ਸਾਊਂਡਸ ਕੰਟੈਂਪਰੇਰੀ 'ਮਿਊਜ਼ਿਕ ਕਰ ਰਹੇ ਹਾਂ, ਅਸੀਂ ਹੁਣ 'ਮਿਊਜ਼ਿਕ ਪ੍ਰੋਡਕਸ਼ਨ ਵੀ ਸਿੱਖ ਰਹੇ ਹਾਂ, ਸੋ ਵੀ ਆਰ ਪੁਟਿੰਗ ਇਨ ਲੋਟ ਆਫ ਐਫਰਟਸ। ਪਹਿਲਾਂ ਤਾਂ ਮੈਂ ਮਹਾਸੇ ਖੇਡੇ ਜੀ ਗਾਣੇ ਕਰਦਾ ਸੀ, ਪਰ ਹੁਣ ਇੰਨੇ ਸਾਲਾਂ ਤੋਂ ਸ਼ੋਜ਼ ਕਰ ਰਹੇ ਹਾਂ ਤਾਂ ਸਾਡੀ ਸਿੰਗਿੰਗ ਇੰਪਰੂਵ ਹੋ ਗਈ, ਸਾਡੇ ਸ਼ੋਜ਼ ਇੰਪਰੂਵ ਹੋ ਗਏ, ਜਿਵੇਂ ਜਿਵੇਂ ਜ਼ਿਆਦਾ ਲੋਕ ਆਉਂਦੇ ਨੇ, ਕੌਨਸਰਟਸ ਵੱਡੇ ਹੋ ਰਹੇ ਨੇ, ਸਾਡੀ ਰਿਸਪੋਂਸੀਬਿਲਿਟੀ ਐਜ਼ ਐਨ ਆਰਟਿਸਟ ਵੱਧ ਰਹੀ ਹੈ। ਸੋ ਸਿੰਗਿੰਗ ਇਜ਼ ਚੈਲੈਂਜਿੰਗ ਬਟ ਆਈ ਲਵ ਇਟ, ਕਿਉਂਕਿ ਅਸੀਂ ਸਿੱਖ ਵੀ ਰਹੇ ਹਾਂ। ਕਰਨਾ ਸਭ ਤੋਂ ਅੱਛਾ ਮੈਨੂੰ ਐਕਟਿੰਗ ਹੀ ਲੱਗਦਾ, ਪਰ ਮੈਨੂੰ ਡਾਇਰੈਕਸ਼ਨ ਵੀ ਉਨੀ ਹੀ ਅੱਛੀ ਲੱਗਣ ਲੱਗ ਗਈ, ਪਰ ਡਾਇਰੈਕਸ਼ਨ ਤੇ ਐਕਟਿੰਗ ਇਕੱਠੇ ਕਰਨੀ ਕੰਪਲੀਕੇਟਿਡ ਹੈ, ਸਪੈਸ਼ਲੀ ਜੇ ਪ੍ਰੋਡਿਊਸ ਵੀ ਤੁਸੀਂ ਕਰ ਰਹੇ ਹੋ, ਕਿਉਂਕਿ ਫਿਰ ਇੱਕ ਬੰਦਾ ਜਦੋਂ ਪ੍ਰੋਡਿਊਸਰ ਆਪਦਾ ਹਿੱਤ ਸੋਚਦਾ
ਫਿਰ ਡਾਇਰੈਕਟਰ ਅਨਹੈਪੀ ਹੋ ਜਾਂਦਾ। ਬਿਲਕੁਲ। ਤੇ ਜੇ ਪ੍ਰੋਡਿਊਸਰ ਤੇ ਡਾਇਰੈਕਟਰ ਦੋਨਾਂ ਦਾ ਕਨਫਲਿਕਟ ਚੱਲ ਰਿਹਾ ਤੇ ਸਫਰ ਐਕਟਰ ਕਰਦੇ ਜੀ, ਤੇ ਜੇ ਤਿੰਨੇ ਹੀ ਤੁਸੀਂ ਹੋ ਤਾਂ ਫਿਰ ਤਿੰਨੇ ਥਾਂ ਤੇ ਤੁਹਾਡੀ ਸਫਰਿੰਗ ਹੈ। ਬਿਲਕੁਲ। ਪਰ ਇਹ ਜ਼ਿੰਦਗੀ ਹੈ, ਜਿਹੋ ਜਿਹੀਆਂ ਫਿਲਮਾਂ ਕਰਨੀਆਂ ਨੇ ਇਹ ਜ਼ਿੰਮੇਵਾਰੀ ਚੱਕਣੀ ਪੈਣੀ ਆ, ਇਹ ਸਫਰਿੰਗ ਚੋਂ ਲੰਘਣਾ ਪੈਣਾ, ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਪੈਣਾ ਐਟਲੀਸਟ ਉਸ ਪੁਆਇੰਟ ਤੱਕ ਜਦੋਂ ਤੱਕ ਤੁਹਾਨੂੰ ਸਹੀ ਸਕ੍ਰਿਪਟਾਂ ਨਹੀਂ ਮਿਲਦੀਆਂ, ਸਹੀ ਰਾਈਟਰ ਨਹੀਂ ਮਿਲਦੇ, ਸਹੀ ਡਾਇਰੈਕਟਰਸ ਨਹੀਂ ਮਿਲਦੇ, ਸਹੀ ਪ੍ਰੋਡਕਸ਼ਨ ਹਾਊਸਿਸ ਨਹੀਂ ਮਿਲਦੇ, ਉਦੋਂ ਤੱਕ ਇਹ ਚੀਜ਼ਾਂ ਖੁਦ ਕਰਨੀਆਂ ਪੈਣਗੀਆਂ। ਜਿਵੇਂ ਹੁਣ ਤੱਕ ਜ਼ਿੰਮੇਵਾਰੀ ਜ਼ਿੰਦਗੀ ਦੀ ਆਪ ਚੱਕ ਕੇ ਤੁਰੇ ਹਾਂ, ਅੱਗੇ ਤੁਰਾਂਗੇ। ਬਿਲਕੁਲ। ਸੋ ਜਿਵੇਂ ਕਿ ਲਾਈਵ ਸ਼ੋਜ਼ ਦੇ ਬਾਰੇ ਤੁਸੀਂ ਗੱਲ ਕੀਤੀ, ਮੈਂ ਆਖਰੀ ਸਵਾਲ ਬਸ ਇਹੀ ਕਰੂੰਗੀ ਕਿ ਕੋਈ ਜ਼ਿੰਦਗੀ ਦਾ ਇੱਦਾਂ ਦਾ ਲਾਈਵ ਸ਼ੋਅ ਰਿਹਾ ਜੋ ਯਾਦਗਾਰ ਹੋਵੇ ਤੁਹਾਡੇ ਲਈ, ਜਿੱਥੇ ਬਹੁਤ ਜ਼ਿਆਦਾ ਪਿਆਰ ਮਿਲਿਆ ਹੋਵੇ? ਵੈਸੇ ਤਾਂ ਚਲੋ ਹਰ ਸ਼ੋਅ 'ਤੇ ਪਿਆਰ ਮਿਲਦਾ, ਪਰ ਕਈ ਚੀਜ਼ਾਂ ਹੁੰਦੀਆਂ ਯਾਦਗਾਰ ਰਹਿ ਜਾਂਦੀਆਂ। ਜੰਮੂ ਦਾ ਸ਼ੋਅ ਸੀ ਜੀ ਸਾਡਾ ਜੀ, ਅਤੇ ਉਹ ਜੰਮੂ ਦਾ ਸ਼ੋਅ ਸੀ, ਉਹ ਬਹੁਤ ਵੱਡਾ ਸ਼ੋਅ ਸੀ। ਉਹਦੀ ਸਟੋਰੀ ਥੋੜ੍ਹੀ ਜਿਹੀ ਕੰਟਰੋਵਰਸ਼ੀਅਲ ਹੈ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਪਰ ਉਹ ਲਾਡੀ ਦਾ ਹਾਸਾ ਤੁਹਾਨੂੰ ਦੱਸ ਸਕਦਾ ਕਿ ਜੰਮੂ ਦਾ ਸ਼ੋਅ ਸਾਡੀ ਲਾਈਫ ਦਾ ਬਹੁਤ ਵਧੀਆ ਸ਼ੋਅ ਰਿਹਾ ਸੀ ਜੀ। ਇਸ ਤੋਂ ਅੱਛਾ ਮਤਲਬ ਕੁਛ ਇਦਾਂ ਦਾ ਹੋਇਆ ਸੀ, ਕੰਟਰੋਵਰਸ਼ੀਅਲ ਹੋਇਆ ਸੀ? ਨਹੀਂ, ਕੰਟਰੋਵਰਸ਼ੀਅਲ ਨਹੀਂ ਸੀ ਹੋਇਆ, ਬਟ ਜਸਟ ਦ ਵੇ ਦੈਟ ਸ਼ੋਅ ਹੈਪਨਡ, ਜਿੰਨੇ ਉੱਥੇ ਲੋਕ ਆ ਗਏ, ਜੋ ਉੱਥੇ ਪਿਆਰ ਜਿੰਨਾ ਮਿਲਿਆ, ਤਾਂ ਪੁਲਿਸ ਦੇ ਨਾਲ ਥੋੜਾ ਕਨਫਲਿਕਟ ਇਹ। ਓਕੇ, ਮੈਂ ਸਰਚ ਕਰਕੇ ਜ਼ਰੂਰ ਦੇਖੂੰਗੀ ਅੱਜ ਜਾ ਕੇ। ਨਹੀਂ, ਤੁਹਾਨੂੰ ਪਤਾ ਨਹੀਂ ਲੱਗਣਾ ਆਏਗਾ, ਸਾਨੂੰ ਹੀ ਪਤਾ, ਤੁਹਾਨੂੰ ਅਸੀਂ ਬਾਅਦ ਚ ਦੱਸ ਦਾਂਗੇ। ਓਕੇ ਜੀ, ਠੀਕ ਹੈ। ਸੋ ਵੀਰੇ, ਜਾਂਦੇ ਜਾਂਦੇ ਆਪਣੇ ਦਰਸ਼ਕਾਂ ਨੂੰ ਤੁਸੀਂ ਤਬਾਹ ਫਿਲਮ ਦੇ ਬਾਰੇ ਕੀ ਕਹਿਣਾ ਚਾਹੋਗੇ, ਮੈਸੇਜ ਜ਼ਰੂਰ? ਮੈਂ ਸਭ ਨੂੰ ਬਸ ਇੱਕ ਬੇਨਤੀ ਕਰਨੀ ਚਾਹੁੰਦਾ ਜੀ, ਜਿਵੇਂ 뮤직 ਵੀਡੀਓਜ਼ ਦੇ ਵਿੱਚ ਮੈਨੂੰ ਮੌਕਾ ਮਿਲਦਾ ਸੀ ਡਿਫਰੈਂਟ ਡਿਫਰੈਂਟ ਕਿਰਦਾਰ ਕਰਨ ਦਾ, ਡਿਫਰੈਂਟ ਡਿਫਰੈਂਟ ਕਹਾਣੀਆਂ ਤੁਹਾਨੂੰ ਦੱਸਣ ਦਾ, ਮੈਨੂੰ ਮਹਿਸੂਸ ਹੋ ਰਿਹਾ ਸੀ ਫਿਲਮਾਂ ਦੇ ਵਿੱਚ ਉਹ ਮੌਕਾ ਮੈਨੂੰ ਨਹੀਂ ਸੀ ਮਿਲ ਰਿਹਾ। ਮੈਨੂੰ ਫਿਲਮਾਂ ਮਿਲ ਰਹੀਆਂ ਸੀ ਪਰ ਉਹ ਕਿਰਦਾਰ, ਉਹ ਕਹਾਣੀਆਂ ਕਰਨ ਦੇ ਮੌਕੇ ਨਹੀਂ ਸੀ ਮਿਲ ਰਹੇ। ਅਸੀਂ ਬਹੁਤ ਮਿਹਨਤ ਕਰਕੇ ਫਿਲਮ ਬਣਾਈ ਹੈ ਜੀ, ਸਾਨੂੰ 2 ਸਾਲ ਲੱਗਿਆ ਫਿਲਮ ਕੰਪਲੀਟ ਕਰਨ ਲਈ। ਹੋ ਸਕਦਾ ਫਿਲਮ 'ਚ ਬਹੁਤ ਕਮੀਆਂ ਹੋਣ, ਗਲਤੀਆਂ ਹੋਣ, ਪਰ ਇਹ ਫਿਲਮ ਦਾ ਜਿਹੜਾ ਇਮੋਸ਼ਨ ਹੈ ਬਹੁਤ ਪਿਓਰ ਹੈ, ਅਤੇ ਤੁਹਾਨੂੰ ਫਿਲਮ ਦੇਖ ਕੇ ਰਿਗਰੈਟ ਨਹੀਂ ਹੋਊਗਾ, ਤੁਸੀਂ ਫਿਲਮ ਨੂੰ ਇੰਜੋਏ ਕਰੋਗੇ। ਜੇ ਤੁਹਾਡੇ ਸਰਕਲ ਦੇ ਵਿੱਚ, ਤੁਹਾਡੇ ਦੋਸਤਾਂ ਦੇ ਵਿੱਚ ਕੋਈ ਹੈ ਜਿਹਦਾ ਕਦੇ ਦਿਲ ਟੁੱਟਿਆ, ਤਾਂ ਸ਼ਾਇਦ ਤੁਹਾਨੂੰ ਉਹਦੀ ਝਲਕ ਇਸ ਅੰਬਰ ਦੇ ਵਿੱਚ ਦੇ ਜੇ। ਇਹ ਕਬੀਰ ਸਿੰਘ ਵਰਗੀ ਫਿਲਮ ਬਿਲਕੁਲ ਨਹੀਂ ਹੈ, ਤੁਸੀਂ ਪਲੀਜ਼ ਇਹ ਫਿਲਮ ਨੂੰ ਦੇਖਿਓ, ਮਹਿਸੂਸ ਕਰਿਓ। 18 ਅਕਤੂਬਰ ਨੂੰ ਫਿਲਮ ਆ ਰਹੀ ਹੈ ਜੀ, ਆਪਣੀ ਫੀਡਬੈਕ ਜ਼ਰੂਰ ਦਿਓ। ਮੈਂ ਤੁਹਾਨੂੰ ਅਸ਼ੋਰ ਕਰਕੇ ਜਾਂਦਾ ਅਗਲੀ ਵਾਰੀ ਇਸ ਤੋਂ ਜ਼ਿਆਦਾ ਮਿਹਨਤ ਕਰਕੇ ਆਵਾਂ। ਜੀ, ਬਹੁਤ ਬਹੁਤ ਸ਼ੁਕਰੀਆ ਵੀਰੇ ਗੱਲਬਾਤ ਦੇ ਲਈ, ਔਰ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ। ਬੈਸਟ ਵਿਸ਼ਸ ਤੁਹਾਡੀ ਫਿਲਮ ਦੇ ਲਈ। ਥੈਂਕ ਯੂ ਸੋ ਮਚ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।